ਜਿਨ੍ਹਾਂ ਦਾ ਜੀਵਨ ਖਾਲਸਾ ਪੰਥ ਲਈ ਹੋਰ ਉਹ ਤਾਂ ਸ਼ਹੀਦ ਨਹੀਂ ਦੂਸਰੇ ਕੌਮਾਂ 'ਚ ਵੀ ਸ਼ਹੀਦ ਹੋ ਸਕਦੇ ਆ ਸ਼ਹੀਦ ਕਿਹਨੂੰ ਕਹਿੰਦੇ ਆ ਜਿਹੜਾ ਕਿਸੇ ਲਈ ਚੰਗੇ ਕੰਮ ਦੇ ਲਈ ਜਾਂ ਕਿਸੇ ਦੇ ਲਈ ਕੁਰਬਾਨ ਹੁੰਦਾ ਉਹਨੂੰ ਅਸੀਂ ਸ਼ਹੀਦ ਕਹਿੰਦੇ ਹਾਂ ਠੀਕ ਹੈ ਅਤੇ ਜੇ ਦੋ ਤਰ੍ਹਾਂ ਦੀ ਕੁਰਬਾਨੀ ਆ ਇੱਕ ਹੈਗੀ ਕਿਸੇ ਲਈ ਕੁਰਬਾਨੀ ਇੱਕ ਹੁੰਦੀ ਆਪਣੇ ਲਈ ਕੁਰਬਾਨੀ ਕਰਨੀ ਆਪਣੇ ਲਈ ਕੁਰਬਾਨੀ ਨੂੰ ਸਮਝਦੇ ਤੁਸੀਂ ਆਪਣੇ ਆਪ ਲਈ ਕੁਰਬਾਨੀ ਕਰਨੀ ਜੋ ਵੀ ਤੁਸੀਂ ਕਰ ਰਹੇ ਹਾਂ ਯੋਗਦਾਨ ਦੇ ਰਹੇ ਹਾਂ ਸਪੈਸ਼ਲੀ ਆਪਣੇ ਆਪ ਨੂੰ ਚੇਂਜ ਕਰ ਰਹੇ ਹਾਂ ਫਰੋਮ ਵਨ ਸਟੈਪ ਟੂ ਅਨਦਰ ਸਟੈਪ ਹੈ ਨਾ ਆਪਾਂ ਚੇਂਜ ਕਰ ਰਹੇ ਹਾਂ ਆਪਣੇ ਆਪ ਨਹੀਂ ਆਹ ਮੇਰੀਆਂ ਜਿਹੜੀਆਂ ਈਗੋਜ਼ ਹੈਗੀਆਂ ਆਹ ਜਿਹੜੀਆਂ ਚੰਗੀਆਂ ਚੀਜ਼ਾਂ ਨਹੀਂ ਹੈਗੀਆਂ ਮੈਂ ਛੱਡ ਦੇਣੀਆਂ ਚੰਗੀ ਲੈਣੀ ਆ ਜਿਹੜੀਆਂ ਬੁਰੀਆਂ ਆ ਉਹ ਛੱਡ ਦੇਣੀਆਂ ਆ ਅਤੇ ਗੁਰਬਾਣੀ ਕਹਿੰਦੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡਦੇ ਆ ਨਾ ਉਹ ਸੂਰਮੇ ਆ ਉਹ ਯੋਧੇ ਆ ਜਿਹੜੇ ਇਹਦੇ ਨਾਲ ਲੜਦੇ ਹੈਗੇ ਆ ਅਤੇ ਇਹ ਸ਼ਹੀਦ ਹੋਏ ਆ ਜਿੱਦਾਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਆ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਆ ਹੋਰ ਸਾਰੇ ਸਿੰਘ ਸ਼ਹੀਦ ਹੋਏ ਆ ਆਹ ਸਪੈਸ਼ਲੀ ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਹੈਗੇ ਇਹਨਾਂ 84 ਦੇ ਵਿੱਚ ਵੀ ਜਾਂ ਜਦੋਂ ਸਾਡੀ ਉਹ ਪਾਰਟੀਸ਼ਨ ਹੋਈ ਆ ਪਾਕਿਸਤਾਨ ਬਣਿਆ ਆ ਹਿੰਦੁਸਤਾਨ ਬਣਿਆ ਅੰਗਰੇਜ਼ਾਂ ਦਾ ਰਾਜ ਸੀ ਉੱਥੋਂ ਆਏ ਆ ਜਿਹੜੇ ਉਦੋਂ ਸਾਰੇ ਸ਼ਹੀਦ ਹੋਏ ਆ ਇਹ ਸਾਰੇ ਜਿਹੜੇ ਸ਼ਹੀਦ ਆ ਇਹ ਸਾਡੇ ਆਪਣੇ ਸ਼ਹੀਦ ਆ ਇਹ ਸ਼ਹੀਦ ਸੀਗੇ ਅਤੇ ਉਹਨਾਂ ਨੇ ਸ਼ਹੀਦੀਆਂ ਜਿਹੜੀਆਂ ਦਿੱਤੀਆਂ ਆ ਬਾਕੀ ਵੀ ਸਾਰੇ ਲੋਕ ਰਹਿੰਦੇ ਹੀ ਹੁੰਦੇ ਆ ਸਾਰੇ ਹੁੰਦੇ ਆ ਕਿ ਜਿਹੜਾ ਸ਼ਹੀਦ ਹੁੰਦਾ ਆ ਉਹਦੇ ਮਨ ਦੇ ਵਿੱਚ ਕੋਈ ਖਾਸ ਗੱਲ ਆ ਜਾਂਦੀ ਆ ਉਹਦਾ ਸਪਿਰਚੁਅਲ ਲੈਵਲ ਉੱਪਰ ਹੁੰਦਾ ਉਹ ਜ਼ਿਆਦਾ ਸੋਚਦਾ ਲੋਕਾਂ ਦੀ ਜ਼ਿਆਦਾ ਭਲਾਈ ਕਰਦਾ ਹੈਗਾ ਉਹਨਾਂ ਨੂੰ ਆਪਾਂ ਸ਼ਹੀਦਾਂ ਦਾ ਨਾਂ ਦਿੱਤਾ ਹੋਇਆ ਉਹਨਾਂ ਸ਼ਹੀਦਾਂ ਨੂੰ ਤੁਸੀਂ ਯਾਦ ਕਰਦੇ ਉਹਨਾਂ ਸ਼ਹੀਦਾਂ ਦਾ ਕਰਕੇ ਆਪਾਂ ਬੈਠੇ ਹੈਗੇ ਹਾਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਰਿਆਂ ਨੂੰ ਪਤਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਸਾਰਿਆਂ ਨੂੰ ਪਤਾ ਕਿਵੇਂ ਹੋਈ ਸੀਗੀ ਉਹ ਤਾਂ ਬਹੁਤ ਛੋਟੇ ਸੀਗੇ ਛੋਟੇ ਸਾਹਿਬਜ਼ਾਦੇ ਤਾਂ ਬਹੁਤ ਜ਼ਿਆਦਾ ਛੋਟੇ ਸੀਗੇ 9 ਅਤੇ 7 ਸਾਲ ਦੇ ਸੀਗੇ ਤੁਸੀਂ ਤਾਂ ਵੱਡੇ ਹਾਂ 14 ਸਾਲ ਦੇ ਸੀ ਜੁਝਾਰ ਸਿੰਘ ਜਦੋਂ ਸ਼ਹੀਦ ਹੋਇਆ 14 ਸਾਲ ਦਾ ਉਹ ਤਾਂ ਉਦੋਂ ਵੀ ਛੋਟੇ ਸੀਗੇ ਬਹੁਤ ਜ਼ਿਆਦਾ ਛੋਟੇ ਸੀਗੇ ਉਹਨਾਂ ਨੂੰ 3 ਦਿਨ ਲੱਗੇ ਰਹੇ ਸਮਝਾਉਣ ਦੇ ਲਈ 3 ਦਿਨ ਉਹਨਾਂ ਨੂੰ ਕਹਿੰਦੇ ਰਹੇ 3 ਦਿਨਾਂ ਬਾਅਦ ਉਹਨਾਂ ਨੂੰ ਕੰਧ ਦੇ ਵਿੱਚ ਛਿੰਡ ਦਿੱਤਾ ਸ਼ਹੀਦ ਕਰ ਤੁਸੀਂ ਪੰਜਾਬੀ ਸਮਝ ਗਏ ਥੋੜ੍ਹੀ ਠੀਕ ਹੈ ਆਪਾਂ ਗੱਲ ਕਰਨੀ ਹੈਗੀ ਸ਼ਹੀਦ ਤੋਂ ਵੀ ਸ਼ਹੀਦ ਕੌਣ ਹੈਗੇ ਆ ਕਿਸ ਤਰ੍ਹਾਂ ਹੈਗੇ ਆ ਹੁਣ ਭਾਈ ਸਾਹਿਬ ਜੀ ਭਾਈ ਸੁਜੀਤ ਸਿੰਘ ਦੇ ਅੱਜ ਦਾ ਪਹਿਲਾਂ ਤਾਂ ਆਪਾਂ ਥੱਲੇ ਕਹਿ ਕੇ ਆਏ ਸੀ ਅੱਜ ਲਈ ਵਰਡ ਕੀ ਹੈ ਰਿਜ਼ਰਵ ਫੋਰ ਟੂਡੇ ਸੰਤ ਅਤੇ ਸੰਤ ਕੀ ਕਰਦਾ ਤੁਸੀਂ ਕਿਹਾ ਸੀ ਵੀ ਉਹ ਨਾਮ ਜਪਦਾ ਬੋਲਦਾ ਘੱਟ ਬੋਲਦਾ ਅਤੇ 24 ਘੰਟੇ ਨਾਮ ਜਪਦਾ ਇਹੀ ਕਿਹਾ ਸੀ ਥੱਲੇ ਆਪਾਂ ਸਾਰਿਆਂ ਪਰ ਜਦੋਂ ਮੈਂ ਕਲਾਸ 'ਚ ਆਇਆ ਤੁਸੀਂ ਸਾਰੇ ਗੱਲਾਂ ਕਰਦੇ ਸੀ ਨਾ ਫਿਰ ਮਤਲਬ ਆਪਾਂ ਥੱਲੇ ਵਰਡ ਆਪਾਂ ਕਿਹਾ ਵੀ ਥੱਲੇ ਗੁਰੂ ਗ੍ਰੰਥ ਸਾਹਿਬ ਦੀ ਚੂਰੀ 'ਚ ਵੀ ਸੈਡ ਵੀ ਅੱਜ ਟੂਡੇਜ਼ ਵਰਡ ਇਜ਼ ਸੈਂਟ ਐਂਡ ਸੈਂਟ ਜੋ ਕਰਦਾ ਵਾਹਿਗੁਰੂ ਵਾਹਿਗੁਰੂ ਕਰਦਾ ਹੁਣ ਨਹੀਂ ਕੁਛ ਬੋਲਦਾ ਸਵਾਸ ਸਵਾਸ ਵਾਹਿਗੁਰੂ ਦਾ ਨਾਮ ਜਪਦਾ ਅਤੇ ਆਪਾਂ ਉੱਪਰ ਆ ਕੇ ਥੱਲੇ ਉੱਪਰ ਆਏ ਤਾਂ ਆਪਾਂ ਭੁੱਲ ਗਏ ਲਿਟਲ ਸਪੈਨ ਆਫ ਟਾਈਮ ਥੱਲੋਂ ਉੱਪਰ ਆਉਣ 'ਚ ਕਿੰਨਾ ਸਮਾਂ ਲੱਗਿਆ ਆਪਾਂ ਨੂੰ 2 ਮਿੰਟਸ 3 ਮਿੰਟਸ ਜਸਟ ਅਤੇ 2-3 ਮਿੰਟ 'ਚ ਆਪਾਂ ਥੱਲੇ ਵਾਲੀ ਗੱਲ ਭੁੱਲ ਗਏ ਅਤੇ ਜਦੋਂ ਅਸੀਂ ਇੱਥੋਂ ਸਿੱਖ ਕੇ ਜਾਵਾਂਗੇ ਤਾਂ ਇਹਨੂੰ ਤਾਂ ਫਿਰ ਅੱਗੇ ਵਰਤਣ ਵਿੱਚ ਫਿਰ ਬਹੁਤ ਟਾਈਮ ਲੱਗੇਗਾ ਅਤੇ ਫਿਰ ਵੀ ਤਾਂ ਨਹੀਂ ਭੁੱਲ ਜਾਵਾਂਗੇ 2-3 ਮਿੰਟ 'ਚ ਚੱਲੇ ਜਾ ਕੇ ਸੋ ਫਸਟ ਥਿੰਗ ਇਜ਼ ਟੂ ਜੋ ਅਸੀਂ ਲਰਨ ਕਰਨਾ ਉਹਨੂੰ ਆਪਣੇ ਯਾਦ ਰੱਖਣਾ ਅਤੇ ਉਹਨੂੰ ਆਪਣੇ ਜੀਵਨ ਵਿੱਚ ਵਰਤਣਾ ਠੀਕ ਹੈ ਆਪਣੇ ਲਾਈਫ ਵਿੱਚ ਉਹਨੂੰ ਇਸ ਤਰ੍ਹਾਂ ਉਹਨੂੰ ਉਹਦੀ ਯੂਜ਼ ਕਰਨਾ ਵੀ ਟੂ ਯੂਜ਼ ਦਿਸ ਨੌਲੇਜ ਇਨ ਅਵਰ ਡੇਲੀ ਲਾਈਫ ਠੀਕ ਹੈ ਤਾਂ ਹੀ ਕੋਈ ਫਾਇਦਾ ਹੈ ਨਹੀਂ ਤਾਂ ਇੱਥੇ ਆਏ ਹਾਂ ਅਤੇ ਜੇ ਸਿਰਫ ਅਤੇ ਪੀਜ਼ਾ ਖਾ ਲਿਆ ਜਾਂ ਇੱਥੇ ਖਾ ਲਿਆ ਜਾਂ ਲੈਕਚਰ ਕਰ ਲਏ ਤਾਂ ਬਸ ਉਸ ਤੋਂ ਬਾਅਦ ਕੁਛ ਨਹੀਂ ਫਿਰ ਆਫਟਰ ਦੈਟ ਨਥਿੰਗ ਫਿਰ ਕੁਛ ਨਹੀਂ ਫਿਰ ਐਵੇਂ ਮੈਂ ਤਾਂ ਸਮਝਾਉਣਾ ਫਿਰ ਦਿਸ ਇਜ਼ ਟਾਈਮ ਵੇਸਟ ਤਾਂ ਜੇ ਆਪਾਂ 2 ਮਿੰਟ ਵਿੱਚ ਥੱਲੇ ਉਤਰ ਕੇ 2 ਮਿੰਟ ਵਿੱਚ ਆਪਾਂ ਕਲਾਸ 'ਚ ਆਉਂਦੇ ਹਾਂ ਸਾਰਾ ਕੁਛ ਭੁੱਲ ਜਾਂਦੇ ਹਾਂ ਅਤੇ ਫਿਰ ਇੱਥੋਂ ਬਾਅਦ ਆਪਾਂ ਕਿੱਦਾਂ ਯਾਦ ਰੱਖਾਂਗੇ ਜੋ ਵੀ ਅਸੀਂ ਸਿੱਖ ਰਹੇ ਹਾਂ ਆਪਾਂ ਆਪਣੇ ਲਾਈਫ ਦੇ ਵਿੱਚ ਇਹਨੂੰ ਆਪਾਂ ਅਪਣਾਉਣਾ ਹੈਗਾ ਜੋ ਅਸੀਂ ਸਾਨੂੰ ਦੱਸਿਆ ਜਾ ਰਿਹਾ ਹੈ ਗੁਰੂ ਨਾਨਕ ਸਾਹਿਬ ਦਾ ਪੰਥ ਆ ਠੀਕ ਹੈ ਅਤੇ ਸ਼ਹੀਦੀ ਗੱਲ ਕਰ ਰਹੀ ਸੀ ਗੁਰੂ ਸਾਹਿਬ ਨੇ ਤਾਂ ਪਹਿਲੀ ਸ਼ਰਤ ਹੀ ਸਿੱਖ ਲਈ ਲਾਈ ਆ ਵੀ ਜਾਓ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮਿਲਿਆ ਇਟਸ ਨੋ ਲਾਲਚ ਇਟਸ ਨੋ ਗਰੀਡ ਵੀ ਤੂੰ ਸਿੱਖ ਬਣ ਜਾ ਤੈਨੂੰ ਮੈਂ ਸਵਰਗ ਦੇ ਦੂੰਗਾ ਤੂੰ ਸਿੱਖ ਬਣ ਜਾ ਤੈਨੂੰ ਮੈਂ ਬਹੁਤ ਖੁਸ਼ੀਆਂ ਦਊਂਗਾ ਤੂੰ ਸਿੱਖ ਬਣ ਜਾ ਮੈਂ ਤੈਨੂੰ ਇੰਨੀ ਸਾਰੀ ਦੌਲਤ ਦੇ ਦੂੰਗਾ ਐਸ ਅਦਰ ਰਿਲੀਜਨ ਸੇ ਮੁਸਲਮਾਨ ਕਹਿੰਦੇ ਤੁਸੀਂ
मुसलमान बन जाओ थानू स्वर्ग मिलेगा बहिष्ट मिलेगा। ईसाई कहते ईसाई बन जाओ थोड़े सारे पाप जोड़े ने स्वर्ग थानू मिल जूगा नहीं तो तुम नरक चल जाओ जो क्रिश्चन ना बने तो साढ़े गुरु कहते मैं थानू अपने वर्गा ही बना लेना थानू नरक स्वर्ग तो डरन की लड़ ही नहीं थानू किसी गल तो डरन की लड़ नहीं तुम अपनी मत अपना सीस विदिन योर हैड विदिन योर माइंड तुम मैं अपना माइंड दे दो मैं थानू अपने वर्गा बना दूंगा। तो पहली शर्त की है सिखी दी दे तो प्रेम खेलन का चाओ सिर धर तली गली मेरी फस्ट। जे तुसी सिखी दे मार्ग ते चलना है फिर गुरु नाल इन्ना प्रेम जे लोड़ पवे सीस देन दी ते फिर इस तों भी पिछे नहीं हटना। दिस इज सही जो सूरा तिसी होए मरना जो भग है तो जो नहीं फिरना जरा सुरमा है इसवार है इस टू डाई अंत में तो सामने मारी जाना है ना। छोटे साहबजादे ने भी पूछा सी कहिंदे जिद्दां भाई साहब तुहानूं दस्सदे सी वी तीन दिन उहनां नूं डालच दिंदे रहे वी तुहानूं असीं ओह धन दे दिंदे हां दौलत दे दिंदे हां जमीन दे दिंदे हां फौजां दे दिंदे हां तुसीं मौजां करो तुहाडे विआह चंगे कर दांगे ते देसक भी जे तुसीं इह सारा कुछ सानूं दे दोगे ते फिर असीं मरांगे नहीं वी बिकम मुस्लिम डैथ विल नेवर कम टू अस सेड नो डैथ विल कम। तो कहते फिर भी मौत आनी है मुसलमान बन के भी मौत आनी है तो फिर सिख बनने की हर जाए हूँ मौत आ जाए या कल आ जाए की फर्क पैंदा। सो जिहड़ा गुरु नाल जुड़ गया वह मौत तो नहीं फिर डरता मौत नहीं जित लिया सिखी है जिंदे जी मौत को जित लेना इस मौत के भय तो बाहर निकल जाना क्योंकि सिख को सत जीवन मिलता है सत जीवन सदा जीवन नहीं मारना नहीं एक बार मरना है बार बार नहीं मरना अदर्स विल डाई दे विल कम इन टू द जर्नीज एंड डाई अगेन एंड अगेन अगेन एंड अगेन एंड द सिख हुज गुरु इज टू सिख ही विल डाई ओनली वंस एंड विल नेवर डाई एक बार ही मरेगा जो सूरा किसी बार मरना सूरा सो पहचानी है जो लड़ा दीन कहे उसका सूर्य उसका वारियर जरा गरीब ले जरा अपने धर्म ले जरा अपने इष्ट ले लड़ के मौत तक चले जाता है तो मौत में भी फिर उस तो भी नहीं डरता। सो ओवर हिस्ट्री इज फुल ऑफ शहीद्स दिस नो वन डे सिंगल डे इन आवर हिस्ट्री इन आवर टोटल स्पैन ऑफ 300 इयर्स लाइफ 500 इयर्स सिख हिज लाइफ दिस नो वन डे जिदन कोई भी कोई शहीद ना होया अज भी हो रहे हैं अज की डेट च The Sikhs are in the jails of Hindustan. The Sikhs are never afraid of anything. They are never afraid of death. Sadi manzil ki hai sirf pehli ki gal hai asin je guru nu pyar karde ha je sant eh hega maar prem da prem naal guru nu prem karna kinna prem karna hai je jaan vi deni pave dusra thi इन्ना प्रेम गुरु नूं करना है सिखी निभाउणी है तो इन्ना प्रेम करना है गुरु नूं कि जे कितें लोड़ पै जाए गुरु तू कुरबान होण दी तो हो जाणा तो गुरु कोई लालच नहीं दिंदे गुरु कहिंदे आ जा तू इस प्रेम दे मार्ग ते वर्क ऑन दिस वे ऑफ लाइफ यू वॉन्ट टू अडॉप्ट द वे ऑफ सिखी तो दैन तू पहली शर्त की है तैनू मैनूं सीस देना पैणा ताकि तेरी मौत का जो डर है पहले चुकया जाए तू फिर डरदा ना रहे भी डर डर के तो काम करें भी ऑलवेज अफ्रेड भी डरता पाया आ काम कर लगा डरी जाता ना जो तो गुरु ने सीस दे दिता हूँ मरना भी नहीं एक बार तो मर गए ना जिन्ना मर छकिया उन्होंने पता जिन्ना नहीं छकिया उन्होंने नहीं पता जो तो तुम पंजा प्यारे को जानते हो पंज प्यार की कहते हैं भी तू सानू सीस देगा शहीद तो तुम उदो हो गए ठीक है ना। तो सिख का लाइफ की है जिंदे जी शहीद रहना उन्हें जो सीखा ना If he is true Sikh, he is live Shahid. Junda jagda Shahid hai. Duniya mauja karti hai, aapa woh nahi karni hai. Duniya suti hundi hai, aapa amrit vele uthna hai, ishnan karna hai. Theek hai? Duniya cinema dekhdi hai, aapa nahi dekhna. Duniya gappa maardi hai, aapa nahi maarni hai. Theek hai? Koi novel padhda hai, aapa gurbani padhni hai.
ठीक है, कोई टीवी देखता है आप गुरबाणी देखनी है, उ कोई फिल्म देख जाता आप नहीं देखनी, आप देखना आप गुरु देखना ना खाना, ठीक है। तो फिर की हो गया, जुंदा शहीद हो गया ना, दुनिया के सारे रस कस छड के ते गुरु गुरु करना, ते गुरबाणी पढ़नी, ते गुरु की मत रखनी, ते गुरु की सेवा करनी, तो फिर की होया, तो तुसी की हो गए जुंदे जगदे शहीद। तो सिख इज ए लाइव शहीद इफ इज इन टू मीनिंग ही इज ए सिख, जो गुरु का सिख आ तो जुंदा जगदा ही शहीद है। I would like to share some stories from history. My English is not good, but I did help, and I think that by you can help me for this. So after the Shahidi of Chhote Sahibzade, Bade Sahibzade, after Guru Gobind Singh Ji, we ruled for two times. Our first king was Baba Banda Singh Ji Bahadur, and second was Maharaja Ranjit Singh. Jassa Singh Ahluwalia, unne bhi thoda chir raj kita. We had our own currency on that time. In the time of Maharaja Ranjit Singh, in the time of Baba Banda Singh Ji Bahadur. After Baba Banda Singh Ji Bahadur, there was many missiles, 12 missiles in Sikh Dharma. So we can say that there are some branches. Now we have AKJ, Damdami Taksal, Missionary, and others. These are the branches of the Sikh Dharma. On that time, there were also some missiles. And you know, from Iran and from Afghanistan, the kings, the emperors, they attacked on India and they captured money and other things. They also brought young girls from India. They brought them Iran and they sold there in one penny, in one taka. On that time, the price of a Singh's head is 80 rupees. You know, with 80 rupees, now in these days, we can buy 80 houses here. Hindustan, India, ਉਹਨਾਂ ਦੀ ਲੜਕੀ, ਉਹਨਾਂ ਦੀ ਮੁੱਲ, ਹਿੰਦੁਸਤਾਨ ਦੀ ਇੱਜ਼ਤ ਜਿਹੜੀ ਸੀਗੀ, ਉਹਦੀ ਮੁੱਲ ਸੀਗਾ ਇੱਕ ਟਕਾ, ਇੱਕ ਪੈਨੀ, ਅਤੇ ਸਿੰਘ ਦੇ ਸਿਰ ਦਾ ਮੁੱਲ ਸੀਗਾ 80 ਪਾਉਂਡ, 80 ਰੁਪਈਏ। ਉਦੋਂ ਕੀ ਕਰਦੇ ਸੀ ਸਿੰਘ? ਸਿੰਘਾਂ ਨੇ ਦੇਖਿਆ ਕਿ ਸਾਡੇ, ਉਹਨਾਂ ਨੇ ਕਿੱਥੋਂ ਲਈ ਇਹ ਚੀਜ਼, ਉਹਨਾਂ ਨੂੰ ਕਿਉਂ ਮਾਰਦੇ ਸੀ? ਤੁਹਾਨੂੰ ਪਤਾ ਜਦੋਂ ਘਰ ਦੇ ਵਿੱਚ ਨਾ ਇਹ ਸੌਂ ਬਣਾ ਸਕਦੇ, ਉਹ ਮੈਂ ਹਾਊ ਮੈਨੀ ਚੇਂਜਾਂ ਯੂ ਹੈਵ ਡਨ, ਯੂ ਨੋ ਵਟ ਸ਼ੀ ਸੈਡ, ਆਈ ਹੈਡ 4, ਨਾਓ ਆਈ ਹੈਵ 3, ਵਟ ਹੈਪਨਡ? ਇੱਕ ਨੂੰ ਕੀ ਹੋਇਆ? ਉਹ ਸਿੱਖ ਬਣ ਗਿਆ। ਇਹਦਾ ਮਤਲਬ ਜਿਹੜਾ ਸਿੱਖ ਬਣ ਜਾਂਦਾ ਸੀ ਉਹ ਖਤਮ ਸੀ, ਇੱਦਾਂ ਸੁਣਿਆ ਜਾਂਦਾ ਸੀ। ਉਸ ਵੇਲੇ ਸ਼ਹੀਦੀਆਂ ਹੋਈਆਂ, ਕਿੰਨੀਆਂ ਸ਼ਹੀਦਾਂ ਹੋਈਆਂ, ਸ਼ਹੀਦੀਆਂ ਹੋਈਆਂ, ਸਾਰੀਆਂ ਸ਼ਹੀਦੀਆਂ ਜਿਹੜੀਆਂ ਆ ਉਹ 18th century ਦੇ ਵਿੱਚ ਹੀ ਹੋਈਆਂ। ਸਿੰਘ ਕੀ ਕਰਦੇ ਸੀਗੇ ਜਦੋਂ ਇਹ ਜਾਂਦੇ ਸੀਗੇ? ਜਾਂਦੇ ਸੀ, ਲੜਕੀਆਂ ਨੂੰ ਲੈ ਕੇ ਆਉਂਦੇ ਸੀ। ਜਾਂ ਮੈਂ ਦੱਸਿਆ, ਜਿਹਨੂੰ ਨਾਮ ਪਤਾ ਲੱਗੇ ਆਪਣਾ ਹੱਥ ਉੱਪਰ ਕਰ ਦਿਓ, ਠੀਕ ਹੈ ਨਾ, ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਉਹ ਲੜਕੀਆਂ ਲੈ ਕੇ ਆਉਂਦੇ ਸੀ, ਸਿੰਘ ਰਾਤ ਨੂੰ 12 ਵਜੇ ਜਾਂਦੇ ਸੀ, ਨੌਜਵਾਨ ਲੜਕੇ ਤੁਹਾਡੇ ਵਰਗੇ, ਉਹ ਜਾ ਕੇ ਜਿਹੜੀਆਂ ਹਿੰਦੁਸਤਾਨ ਦੀਆਂ ਹਿੰਦੂਆਂ ਦੀਆਂ ਲੜਕੀਆਂ ਸੀਗੀਆਂ ਉਹਨਾਂ ਨੂੰ ਛਡਾਉਂਦੇ ਸੀ, ਉਹਨਾਂ ਨਾਲ ਲੜਦੇ ਸੀ। ਉਹਨਾਂ ਦੇ ਕੋਲ ਘੋੜੇ ਹੁੰਦੇ ਸੀ, ਘੋੜੇ, ਇੱਕ ਨੂੰ ਮੋਹਰੇ ਬਿਠਾ ਲੈਣਾ ਲੜਕੀ ਨੂੰ, ਇੱਕ ਲੜਕੀ ਨੂੰ ਪਿੱਛੇ ਬਿਠਾ ਲੈਣਾ, ਦੌੜਾ ਕੇ ਲੈ ਜਾਣਾ। ਕਿੰਨਾ ਹਾਈ ਕਰੈਕਟਰ ਸੀਗਾ ਸਿੱਖ ਦਾ, ਰਾਤ ਆ, ਰਾਤ ਨੂੰ ਨੌਜਵਾਨ ਲੜਕੀਆਂ ਨਾਲ ਆ, ਕਿਸੇ ਦੇ ਵੀ ਮਨ ਦੇ ਵਿੱਚ ਕਦੇ ਵੀ ਗਲਤ ਖਿਆਲ ਨਹੀਂ ਸੀ ਆਇਆ, ਕਦੇ ਵੀ ਨਹੀਂ ਆਇਆ ਸੀ। ਲੜਕੀਆਂ ਕਹਿੰਦੀਆਂ ਸੀਗੀਆਂ, ਜੇ ਅਸੀਂ ਹੁਣ ਦੁਬਾਰਾ ਘਰ ਜਾਊਂਗੀਆਂ ਨਾ ਤਾਂ ਸਾਨੂੰ ਘਰਦਿਆਂ ਨੇ ਐਕਸੈਪਟ ਨਹੀਂ ਕਰਨਾ ਹੈਗਾ, ਕਿਉਂਕਿ ਹਿੰਦੂ ਧਰਮ ਦੇ ਵਿੱਚ ਇਹ ਸੀਗਾ ਕਿ ਜੇ ਲੜਕੀਆਂ ਦੁਬਾਰਾ ਇੱਦਾਂ ਚਲੇ ਜਾਂਦੀਆਂ ਸੀਗੀਆਂ, ਉਹ ਕਹਿੰਦੇ ਸੀ ਤੁਸੀਂ ਭਿੱਟੀਆਂ ਗਈਆਂ ਆ, ਅਸੀਂ ਤੁਹਾਨੂੰ ਘਰ ਨਹੀਂ ਰੱਖ ਸਕਦੇ।
क्योंकि सू जो हाथ आना लग गए मुगलों के तुरकों के लग गए है। फिर सिख की करते अकाल तख्त साहब ले आते उत्थे फिर लड़कियां कहदियां सी असीं हुण की करिए जिहड़ियां लड़कियां अमृत छक लैंदियां सी उहनां दे विआह अमृतधारी लड़कियां नाल कीते जांदे सी पर कोई कोई इदां नहीं सीगा कोई मन च ख्याल नहीं सी गलत लिआउंदा। पुत मैं तां थोड़े नाल कर लगा आ मैं देखिआ आ हुण जिहड़ी प्रॉब्लम्स आ सिख धर्म दे विच उह आ कि जदों तुसीं एम एस एन ते बैठदे हो जदों तुसीं इदां दीआं चीज़ां करदे हो जिहड़ा गुरसिख बच्चा आ उहदे मन च कितें गलत ख्याल ना आ जाए। मैं इस करके कर रहा साडा जिहड़ा करैक्टर आ बहुत हाई आ असीं उह नहीं गे जिहड़े आम लोग आ उह नहीं गे असीं गुरु गोबिंद सिंह जी के पुत्र पुत्रियां आ ते गुरु गोबिंद सिंह जी का पुत्र होवे पुत्री होवे उह कदे इदां दा ख्याल नहीं मन च लिआउंदा जिहड़ी गलत हरकत करनी उह तां दूर दी रहि गई उह तां करदा ही नहीं ना है उह ख्याल भी नहीं लिआउंदा है। उह फिर की करदे सी उहनां नूं उन्हां दे नाल विआह कीते जांदे सी। एक होर महाराजा रणजीत सिंह दे वेले दी गल है यू नो हरी सिंह नलूआ उहदा हरी सिंह नलूआ तुसीं सुनिया कदे ना हरी सिंह नलूआ महाराजा रणजीत सिंह दा नाम सुनिया हरी सिंह नलूए दा नहीं सुनिया यूएस जनरल कमांडर इन चीफ इन महाराजा रणजीत सिंह आर्मी उन्हें पता की किया जो अफगानिस्तान आ उतों तक सीगा अपना राज पाकिस्तान भी सारा अपना ही हुंदा सी लाहौर अपनी राजधानी सी की कहने कैप्चर था किंगडम कमान कैप्चर यह लाहौर अपनी राजधानी सी ये सारी सारा सिख धर्म उधरों पंजाब दे सारा पंजाब सारा पाकिस्तान अफगानिस्तान तक अपना राज हुंदा सी तुसी राजे सीगे उदों बड़ा राज हुंदा सी थोड़ी अपनी करंसी सीगी तुसी शाही जिदा लोग मिनिस्टर रहिंदे इदां रहिंदे सीगे तुसी उदों असीं 40 साल राज कीता और उहदे विच जिहड़ा मेन पार्ट जिहड़ा महाराजा रणजीत सिंह दी आर्मी दे विच जिहड़ा मेन पार्ट जिहड़ा सीगा कीता उहने हरी सिंह नलूए ने कीता सी। जदों हरी सिंह नलूए ना अफगानिस्तान से अटैक किया तो उदो पठान सी उ लोग जोड़े बच्चे माँ मावं कई बार बच्चे समझा आता तो चुप नहीं करता डरा क्या चुप कर जा नहीं तो हरी सिंह नलूआ आ गया नहीं तो नलूआ आ गया बच्चा चुप कर जाता इन्ना डर पै गया से उन्होंने लोगों के मन यही लोग से जो हिंदुस्तान से अटैक करते होंगे उस वेले एक लड़की नौजवान लड़की वो अपने बाप नूं कहिंदी आ अपने भरावां नूं कहिंदी आ कि जिहड़ा सिख जरनैल आ जिहड़ा जनरल आ सिख मैं उहनूं देखना चाहुंदी आ जिहने सानूं हरा के रख दिता है जिहने सानूं इदां करके रख दिता है। वो कहिंदे ठीक आ वो कहिंदे कि तूं रहिण दे उत्थे जाण नूं भी सिख ठीक नहीं आ पता नहीं तैनूं की कहिंदी नहीं मैं जाणा चाहुंदी आ उहने किसे होर दे थ्रू अपनी परमिशन लै ली घरदिआं दे कोलों ते उह चले गई ते मैं देख के उह जदों हरी सिंह नलूए दे जिथे वह लग्या टेंट उत्थे गई है तो उन्होंने जाके कहती कहती कि सिंधा जो बाहर से पहरे से खड़े हैं कहीं मैं नलूए को मिलना चाहती हूँ वो कहते भी वो हाले पाठ कर रहे हैं नितनेम करते हैं हरी सिंह नलूआ नितनेम कर रहे थे। वो फिर लड़की ना जो पाठ कर रहे थे फिर अंदर गई उन्होंने दसाया कि कोई लड़की मिलन आई है वो आए जो तो हरी सिंह नलूए ने ना बैठे से बैड सेगा मंजा कहने आपी उदो मंजे होंगे सके वो मंजे पर बैठे से वो आ गई लड़की वो आके कहती वो कहते हाँ भी दस तू किस तरह आई है कहते जी मैं थोड़ी सिफत सुनी सी मैं सुनिया सी थोड़े बारे तुसी बड़े बहादुर हो तुसी बड़े योद्धे हो मेरे मन के एक ख्याल आ कहते की ख्याल आ कहते मैं थोड़े कल्या ना साझा करना चाहनी जेडे होर सिंह से उन्होंने बहर भेज दिता एक दो सिंह होने पैरे तो बहर भेज दिता कहते दस कहती मैं इदा चाहनी हाँ कि मेरे घर में जिहड़ा बच्चा पैदा होवे वो तुहाडा होवे तुसी मेरे पति हो। हरी सिंह नलूए नूं गुस्सा चढ़ गया कहिंदा कि कह रही है तुम्हें पता नहीं सिख का की करैक्टर आ सिख चार बजे प्रत नहीं ना करते पता सानू सिख केस नहीं कटदा सिख नशे नहीं करता सिख मांस नहीं खाता
सिख पर पुरश पर स्त्री का संघ नहीं करता है। वो कहते तो ख्याल भी नहीं आ सकता मेरे मन के बच्चे। उन्हें श्री साहब अपनी कट ली, बहुत योधा सीगा, इन्ना योधा हुंदा सी कि उन्हें एक बार शेर नू फड़ के ना, शेर नू इहदा नलुआ तां ना पिया सीगा, महाराजा जीत सिंह दे कट्ठे जा रहे सी, शेर ने अटैक कर दिता सी, ते शेर नू फड़ के इदां हत्थां दे नाल ही कृपान करने का टाइम नहीं मिलिया, हत्थां दे नाल ही इदां चीर दिता सी उहदा उपरला मूंह फड़ के, इन्ना ताकतवर सी और बहुत ज़्यादा दिमाग इंटैलीजेंट बहुत सीगा। वो कहिंदा तैं सोच किद्दां लिया, दफा हो जा, कहिंदा इत्थों बाहर चले जा। लड़की पता की कहिंदी, कहिंदी मैं सुनिया सीगा, देखो इमोशनल ब्लैकमेल, कहिंदी मैं सुनिया सीगा गुरु नानक दे घरों कोई खाली नहीं जाता, इदां ही है ना, गुरु नानक दे घरों कोई खाली नहीं जाता, गुरु नानक सारिआं दीआं समरदां पूरीआं करदा, मैं इदां सुनिया सी, ते अज मैं गुरु नानक दे सिख दे घरों खाली जा रही हाँ। इमोशनल ब्लैकमेल ही कहांगे आपां, गुरु दा नां जो विच आ गया, कहिंदा रुक जा, ठंडा हो गया, काम हो गया, कहिंदा नहीं कोई खाली नहीं जाएंगी, कहिंदा अखां बंद कर, बंद कीतियां, उन्हूं बाहों फड़िया, जिथे बैड सीगा उहदा मंजा सी उत्ते बिठा लिया, उहदे गल दे विच इदां दा परना पाया सी, उन्हें परना लाया, परना ला के लड़की दे सिर दे उपर दे दिता। पता फिर की कीता उहने, फिर लड़की दे चरणां च बैठ गया, उहदे पैर फड़ लए, पैर फड़ के पता की कहिंदा, कहिंदा देख ब्याह कराएंगी, फिर कितने बच्चा होना सी मेरे वर्गा, पता नहीं होवे कि ना होवे, तू अज तो मेरी माँ आ, मैं तेरा पोते हाँ। करैक्टर है सिख का, कहिंदा अज तो तू मेरी माँ आ, मैं तेरा पोता, सारी उम्र उन्हूं माँ बना के रखिया, मावां की तरह वर्तदा रहा, कहिंदा मैनूं गुरु नानक की कसम आ, अज तो तू मेरी माँ आ, तो मैं तेरा पोता, कितना करैक्टर है सिख, कितना उच्चा करैक्टर सी सिख का। जो सिंह जाता सी ना किसी पिंड दे विच, सिंह इदां इस चोले दे विच त्यार पर त्यार होया, ते लोग पता उदों की हुंदा सी, उदों सीगा जिहड़े मुगल सीगे स्पैशली उदों राज सीगा, ते जिहड़ा मुस्लिम सीगे, आपां किसी दे खिलाफ़ नहीं, मुसलमानां दे खिलाफ़ नहीं हैगे, बाबा फरीद जी भी तां मुसलमान ही सीगे, असीं खिलाफ़ नहीं है किसी दे, लेकिन उह की करदे सीगे, अब्यूज़ करदे सीगे अपनी पावर नूं जिहड़ी आई सी उहनां दे कोलों, उह की करदे सी, सोहणियां लड़कियां नूं चक के लियांदे सी अपने घर च रख दिए, चार चार पांच पांच विआह करवा सकते हैं, इन्हों का तो बहुत बुरा हाल आ, पुछो इन्हें की है, वह लै आते सके, तो जदों पिंड दे विच कोई सिंह आ जाता सी, तो एक आम पोएम बनी हुई सी, आ गया निहंग बूआ खोल दे निशंग, उन्हों का कहने का मतलब सी हुण कोई सानू डर नहीं, लोग बूहे खोल देंदे सी, उन्हां दी दरवाजे बंद किए जाते, लड़कियां नूं लुको के रखा जाता सी, जदों कोई निहंग सिंह आ जाता सी तो दरवाजे खोल दिते जाते, एक सिंह पिंड दे विच हुंदा सी, किसी की जरूरत नहीं सी हुंदी को किसी की लड़की नूं कोई देख जाए तक जाए, इन्ना करैक्टर सीगा सिख का। सिख ते लोकी इन्ना विश्वास करते सीगे कि अपनियां धीआं नूं सिखां दे नाल भेज देना, कितने जे सिख हैगा पिकना कोई गल नहीं है, मैनूं सॉरी आ, मैनूं कहना पै रहा कि अज असीं अपनी धी नूं गुरुद्वारे भी भेजीए तो डर लगता। दूसरा, जिस तुसीं बात है, जिस कल्चर दे विच तुसीं रह रहे हो, एक कल्चर टोटली डिफरेंट आ, मेरी गल्लां नूं माइंड नहीं करते पुत्र, एक टोटली डिफरेंट आ कल्चर, साडा जिहड़ा कल्चर आ वह गुरु गोबिंद सिंह जी वाला आ, असीं उह अडॉप्ट करना है, जिहड़ा बंदा अपने आप नूं भुल जांदा, विरसे नूं भुल जांदा ना, वह खत्म हो जांदा, वह मर जांदा है, इस करके अपने आप नूं असीं इदां तैयार कर, मैं तां कहा कि उन्हां शहीदां तों इह चीज़ां होईआं सीगीआं, इह सीगीआं। एक स्टोरी होर थानू शेयर की करदा जिहदे विच इह स्पिरिट सीगी कि मैं सिख हाँ, सानू तो यह भी नहीं पता लगता कि असी सिख हाँ कि नहीं सिख हाँ, और जो स्पिरिट सीगी कि मैं सिख हाँ, तुसीं सुनिया कदे ना बाबा गरजा सिंह जी, बाबा बोता सिंह जी, बाबा बोता सिंह, बाबा गरजा सिंह का नाम सुनिया नहीं, यह भी 18th मिडल सेंचुरी दे विच होया सारा कुछ, 18वीं सेंचुरी के अध जे विच, वह की सीगा कि जकरिया खान जिहड़ा सीगा जिन्हें भाई तारू सिंह जी की खोपड़ी लाई सी, भाई मनी सिंह जी का बंद बंद कटवाया सीगा, बड़ा जालम सीगा, क्रूअल सीगा, वो जिहड़ा जकरिया खान सीगा उन्हें अनाउंसमेंट की सी जिहड़ा भी सिख मिले उन्हें मार दिओ, तो सिख सारे जंगलों में दौड़ गए, तो कितने भी सिख नज़र नहीं सी आ रहा, कितने भी सिख दिसदा नहीं सी,
ਹੁਣ ਤੁਸੀਂ ਪੁੱਛੋਗੇ ਜਦ ਸਿੱਖ ਦਿਸਦਾ ਨਹੀਂ ਸੀਗਾ ਤਾਂ ਗੁਰਦੁਆਰਿਆਂ ਦਾ ਪ੍ਰਬੰਧ ਕਿਹਦੇ ਕੋਲ ਰਹਿ ਗਿਆ? ਦਰਬਾਰ ਸਾਹਿਬ ਕੌਣ ਸੀ, ਸੇਵਾ ਕੌਣ ਕਰਦਾ ਸੀ? ਜਿਹੜੇ ਹੋਰ ਦੋ ਗੁਰਦੁਆਰੇ ਸੀਗੇ, ਨਨਕਾਣਾ ਸਾਹਿਬ ਸੀ, ਉੱਥੇ ਕੌਣ ਸੇਵਾ ਕਰਦਾ ਸੀ? ਉੱਥੇ ਫਿਰ ਜਿਹੜੇ ਹਿੰਦੂ ਵੀ ਸੀਗੇ ਔਰ ਸਿੱਖ ਧਰਮ 'ਚ ਵਿਸ਼ਵਾਸ ਕਰਦੇ ਸੀ, ਜੇ ਪੂਰੇ ਸਿੱਖ ਨਹੀਂ ਸੀ ਬਣੇ, ਅਸੀਂ ਸਿੱਖ ਨਹੀਂ ਨਾ ਪੂਰੇ ਬਣੇ ਹੁੰਦੇ, ਪੂਰਾ ਸਿੱਖ ਤਾਂ ਹੀ ਬਣਦਾ ਜਦੋਂ ਅੰਮ੍ਰਿਤ ਛਕ ਲੈਂਦਾ ਹੈ, ਉੱਦਾਂ ਵੀ ਤਾਂ ਅਸੀਂ ਸਿੱਖ ਹੀ ਹੋਵਾਂ ਨਾ, ਕਿਸੇ ਨੂੰ ਪੁੱਛ ਕੇ ਦੇਖ ਲਓ, ਤੁਸੀਂ ਆਪਣਾ ਰਿਲੀਜਨ ਲਿਖਣਾ ਹੋਊਗਾ, ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹ ਦੇਖੂਗਾ ਮੇਰਾ ਸਿੱਖ ਹੀ ਆ, ਵੀ ਤਾਂ ਸਿੱਖ ਹੀ ਕਰਵਾਉਂਦਾ ਨਾ, ਕਿਉਂਕਿ ਉਹਨਾਂ ਦਾ ਧਰਮ ਦੇ ਵਿੱਚ ਵਿਸ਼ਵਾਸ ਆ, ਦੇ ਬਲੀਵ ਇਨ ਸਿੱਖ, ਦੇ ਬਲੀਵ ਇਨ ਗੁਰੂ ਗ੍ਰੰਥ ਸਾਹਿਬ। ਸੋ ਉਹ ਜਿਹੜੇ ਲੋਕ ਸੀਗੇ ਉਹਨਾਂ ਨੂੰ ਸੇਵਾ ਦੀ ਦਿੱਤੀ, ਇਸੇ ਕਰਕੇ ਸਾਡੀਆਂ ਕੁਛ ਊਣਤਾਈਆਂ ਰਹਿ ਗਈਆਂ, ਪਿੱਛੋਂ ਬਹੁਤ ਦੂਰ ਤੱਕ ਕੱਢਣੀਆਂ ਪਈਆਂ। ਚਲੋ ਉੱਥੇ ਨਾ ਉਹ ਸਿੰਘ ਇਕੱਲੇ, ਉਹ ਗਰਜਾ ਸਿੰਘ ਅਤੇ ਬੋਤਾ ਸਿੰਘ ਸੀਗੇ ਦੋ ਸਿੰਘ, ਉਹਨਾਂ ਦੇ ਕੋਲ ਦੀ ਇੱਕ ਲੰਘੇ ਦੋ ਬੰਦੇ, ਉਹ ਕਹਿੰਦੇ ਲਓ ਜੀ ਸਿੰਘ ਸਾਰੇ ਖਤਮ ਹੋ ਗਏ, ਹੁਣ ਸਿੰਘ ਹੈ ਨਹੀਂ ਕੋਈ। ਉਹਨਾਂ ਦੇ ਕੰਨਾਂ 'ਚ ਗੱਲ ਪੈ ਗਈ, ਕਹਿੰਦੇ ਸਿੰਘ ਖਤਮ ਹੋ ਗਿਆ, ਸਿੰਘ ਕਿੱਦਾਂ ਖਤਮ ਹੋ ਗਿਆ? ਬੜਾ ਉਹਨਾਂ ਨੂੰ ਹੈਰਾਨੀ ਹੋਈ। ਉਹਨਾਂ ਨੇ ਦੋਨਾਂ ਨੇ ਸਲਾਹ ਕੀਤੀ, ਤਰਨ ਤਾਰਨ ਦੇ ਨੇੜੇ ਆ, ਉਹਨਾਂ ਨੇ ਦੋਨਾਂ ਨੇ ਸਲਾਹ ਕੀਤੀ, ਕਹਿੰਦੇ ਆਪਾਂ ਇੱਦਾਂ ਕਰੀਏ ਵੀ ਇਹਨਾਂ ਨੂੰ ਦੱਸੀਏ ਵੀ ਸਿੱਖ ਹੈਗੇ ਆ ਹਲੇ। ਉਹਨਾਂ ਨੇ ਨਾ ਰੋਡ ਦੇ ਉੱਪਰ ਟੋਲ ਟੈਕਸ ਲਾਉਣਾ ਸ਼ੁਰੂ ਕਰ ਦਿੱਤਾ। ਉਦੋਂ ਕੀ ਹੁੰਦਾ ਸੀਗਾ, ਹੁਣ ਤਾਂ ਆਪਣੇ ਕੋਲ ਕਾਰਾਂ ਆ, ਟਰੋਲੇ ਆ, ਕੋਈ ਇੱਦਾਂ ਦੀਆਂ ਚੀਜ਼ਾਂ ਹੈਗੀਆਂ। ਉਦੋਂ ਕੀ ਸੀਗਾ, ਘੋੜੇ ਸੀਗੇ, ਗੱਡੇ ਹੁੰਦੇ ਸੀ, ਉਹਨਾਂ 'ਤੇ ਜਾਂਦੇ ਹੁੰਦੇ ਸੀ, ਖੋਤੇ ਹੁੰਦੇ ਸੀ, ਖੋਤਿਆਂ 'ਤੇ ਸਮਾਨ ਲੱਦ ਲੱਦ ਕੇ ਲਿਜਾਂਦੇ ਸੀ। ਉਹਨਾਂ ਨੇ ਆਨਾ ਗੱਡਾ ਪੈਸਾ ਖੋਤਾ ਲਾ ਦਿੱਤਾ, ਥੋੜ੍ਹੇ ਥੋੜ੍ਹਾ ਜਿਹਾ ਪੈਸੇ ਲਾ ਦਿੰਦੇ, ਔਰ ਉਗਰਾਹੀ ਕਰੀ ਜਾਂਦੇ ਆ, ਲੋਕਾਂ ਦੀ ਹੈਲਪ ਕਰਦੇ ਆ, ਕਿਸੇ ਨੇ ਸ਼ਿਕਾਇਤ ਹੀ ਨਹੀਂ ਕੀਤੀ, ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਵੀ ਉਹ ਸਿੱਖ ਹੈਗੇ ਆ। ਉਹ ਕਹਿੰਦੇ ਉਹਨਾਂ ਤੋਂ ਫਿਰ ਹੀ ਪਤਾ ਲੱਗਿਆ, ਹੁਣ ਕੀ ਕਰੀਏ। ਉਹਨਾਂ ਨੇ ਫਿਰ ਨਾ ਇੱਕ ਦੇਖਿਆ ਕਿ ਇੱਕ ਬੰਦੇ ਨੂੰ ਲਿਖ ਕੇ ਲੈਟਰ ਭੇਜਿਆ, ਲੈਟਰ ਲਿਖ ਕੇ ਦਿੱਤਾ, ਕਹਿੰਦੇ ਜਾ ਕੇ ਜ਼ਕਰੀਆ ਖਾਨ ਦੀ ਮਿਸਲ ਨੂੰ ਦੇ ਦੇਈਂ। ਉਹਨੂੰ ਭਾਬੀ ਲਿਖਿਆ ਉਹਨਾਂ ਨੇ ਉਹਦੇ 'ਤੇ, ਹੈ ਨਾ। ਕਹਿੰਦੇ ਉਹਨਾਂ ਨੂੰ ਦੱਸਦੇ ਵੀ ਮੈਂ ਹਾਂ ਸਿੰਘ, ਗੁਰੂ ਕਾ ਬੋਤਾ, ਆਨਾ ਗੱਡਾ ਪੈਸਾ ਖੋਤਾ, ਹੈ ਨਾ, ਹੱਥ ਵਿੱਚ ਰੱਖਿਆ ਛੋਟਾ ਮੋਟਾ, ਇੱਦਾਂ ਕਰਕੇ ਪੋਇਮ ਜੀ ਬਣਾਈ ਹੋਈ ਸੀ ਵੀ, ਹੈ ਜਾ ਕੇ ਕਹਿ ਦੀ ਭਾਬੋ ਖਾਨੋ ਨੂੰ, ਹੈ ਨਾ, ਮੈਂ ਸਿੰਘ ਗੁਰੂ ਕਾ ਬੋਤਾ, ਇਹ ਮਤਲਬ ਇੱਦਾਂ ਕਰਕੇ ਲਿਖ ਦਿੱਤੀ। ਕਹਿੰਦੇ ਲੈਟਰ ਉਹਨੂੰ ਜਾ ਕੇ ਦੇ ਦੇਈਂ ਵੀ ਉਹਨੂੰ ਪਤਾ ਲੱਗ ਜਾਵੇ ਵੀ ਸਿੰਘ ਹੈਗੇ। ਉਹਨਾਂ ਨੇ ਜਾ ਕੇ ਦਰਬਾਰ ਦੇ ਵਿੱਚ ਉਹ ਲੈਟਰ ਦੇ ਦਿੱਤੀ ਅਤੇ ਜ਼ਕਰੀਆ ਖਾਨ ਕੇ ਤੁਸੀਂ ਕਹਿੰਦੇ ਸੀ ਸਿੰਘ ਖਤਮ ਕਰ ਦਿੱਤੇ, ਇਹ ਕਿੱਥੋਂ ਆ ਗਏ? ਦੇਖੋ ਸਪਿਰਿਟ ਕਿੰਨੀ ਆ, ਸਿੱਖ ਧਰਮ ਲਈ ਕਿੰਨਾ ਪਿਆਰ ਆ। ਉਹਨਾਂ ਨੂੰ ਪਤਾ ਕਿ ਅਸੀਂ ਮਰ ਜਾਣਾ, ਉਹਨਾਂ ਨੂੰ ਦੋਨਾਂ ਨੂੰ ਪਤਾ ਅਸੀਂ ਖਤਮ ਹੋ ਜਾਣਾ, ਉਹਨੂੰ ਪਤਾ ਆ ਖਤਮ ਹੋ ਜਾਣਾ, ਠੀਕ ਹੈ ਨਾ। ਔਰ ਉੱਥੇ ਉਹਨਾਂ ਨੂੰ ਭੇਜ ਦਿੱਤਾ, ਉਹਨਾਂ ਨੇ ਕਿਹਾ ਜਾਓ 200 ਸਿਪਾਹੀ ਦੇ ਕੇ ਭੇਜ ਦਿੱਤਾ ਵੀ ਜਾਓ ਉਹਨਾਂ ਨਾਲ ਲੜਕੇ ਆਓ, ਉਹਨਾਂ ਨੂੰ ਲੈ ਕੇ ਆਓ ਇੱਥੇ। ਉਹ ਆ ਗਏ ਉੱਥੇ, ਉਹ ਕਹਿੰਦੇ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ, ਅਸੀਂ 2 ਜਾਣੇ ਆ, ਤੁਸੀਂ 200, ਅਤੇ ਤੁਸੀਂ ਇੱਦਾਂ ਨਾ ਕਰੋ ਸਾਡੇ ਨਾਲ ਇਕੱਲਾ ਇਕੱਲਾ ਜਾਣਾ ਲੜ ਲਓ। ਉਹ ਇਕੱਲਾ ਇਕੱਲਾ ਲੜਨ ਲੱਗ ਪਿਆ, ਉਹਨਾਂ ਨੇ ਇਕੱਲਾ ਇਕੱਲਾ ਮਾਰ ਦਿੱਤਾ। ਉਹ ਕਹਿੰਦੇ ਨਹੀਂ, ਉਹ ਫਿਰ ਆਉਣ ਕੇ ਇਕੱਠੇ ਕਹਿੰਦੇ ਡੁੱਬ ਜਾਓ ਯਾਰ, 2-2 ਜਾਣੇ ਆ ਜਾਓ ਤੁਸੀਂ, 2-2 ਜਾਣੇ ਆ ਗਿਆ, 2-2 ਜਾਣੇ ਨੂੰ ਮਾਰ ਦਿੱਤਾ, ਉਹ ਸਾਰੇ ਫਿਰ ਇਕੱਠੇ ਹੋ ਕੇ ਪੈ ਗਏ, ਇਸ ਤਰ੍ਹਾਂ ਉਹ ਦੋਨੋਂ ਸ਼ਹੀਦ ਹੋਏ। ਸਿੱਖ ਨੂੰ ਗੁਰੂ ਦੇ ਨਾਲ ਕਿੰਨਾ ਪਿਆਰ ਆ, ਉਹਨਾਂ ਨੂੰ ਪਤਾ ਆ ਵੀ ਅਸੀਂ ਮਰਨ ਲਈ ਜਾ ਰਹੇ, ਮਰਨ ਕਹਿੰਦੇ ਮਰਨ ਡੈ, ਮਰਨ ਲਈ ਤਿਆਰ ਖੜੇ ਹੋ, ਮਰਨ ਲਈ ਕਹਿਣ ਡੇ ਆ। ਮੈਂ ਤਾਂ ਗੱਲ ਕੀਤੀ ਆ, ਇੱਕ ਸਟੋਰੀ ਇਹਦੇ ਨਾਲ ਦੀ ਜੁੜਦੀ ਆ, ਉਹ ਦੱਸ ਕੇ ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਿੱਖ ਧਰਮ ਦੇ ਵਿੱਚ ਇੱਦਾਂ ਦੀ ਕਿਹੜੀ ਚੀਜ਼ ਆ ਜਿਹੜੀ ਹਜੇ ਸਾਨੂੰ ਮਿਲੀ ਨਹੀਂ ਹੈ। ਉਹ ਸੀਗੀ ਉਸੇ ਵੇਲੇ, ਉਹ ਤੋਂ ਬਾਅਦ 'ਚ ਮੀਰ ਮੰਨੂ ਹੋਇਆ ਐਂਪਰਰ, ਮੁਗਲ ਐਂਪਰਰ, ਉਹਨੇ ਵੀ ਸਿੱਖਾਂ 'ਤੇ ਅਟੈਕ ਬਹੁਤ ਕੀਤੇ, ਸਿੱਖਾਂ ਨੂੰ ਮਾਰਿਆ, ਸਿੱਖ ਬੜੀਆਂ ਸ਼ਹੀਦੀਆਂ ਹੋਈਆਂ। ਉਹਨੇ ਇੱਕ ਵਾਰੀ ਸਿੱਖ ਖਤਮ ਕਰਕੇ ਨਾ, ਅਤੇ ਜਿੰਨੀਆਂ ਬੀਬੀਆਂ ਸੀਗੀਆਂ ਸਾਰੀਆਂ ਫੜ ਲਈਆਂ, ਉਹਨਾਂ ਨੂੰ ਬਿਠਾ ਲਿਆ, ਜੇਲ੍ਹ ਦੇ ਵਿੱਚ ਲਾਇਆ। ਕੁਛ ਸਿੱਖ ਵੀ ਸੀਗੇ, ਸਿੱਖਾਂ ਨੂੰ ਮਾਰ ਦਿੱਤਾ, ਉਹ ਸਿੱਖ ਤੋੜ ਗਏ, ਉੱਥੇ ਲੜਾਈ ਹੋਈ। ਉਹ ਜਿਹੜੀਆਂ ਬੀਬੀਆਂ ਸੀ ਉਹਨਾਂ ਨੂੰ ਨਾਲ, ਉਹਨਾਂ ਬੀਬੀਆਂ ਦੇ ਕੋਲ ਛੋਟੇ ਬੱਚੇ ਸੀਗੇ, ਕਿਸੇ ਕੋਲ 2 ਸਾਲ ਦਾ ਸੀ, ਕਿਸੇ ਕੋਲ 6 ਮਹੀਨੇ ਦਾ ਸੀਗਾ, ਕਿਸੇ ਦੇ ਕੋਲ ਛੋਟੇ 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 ਬੱਚੇ ਸੀਗੇ। ਤੁਸੀਂ ਬੋਲ ਸਮਝਦੇ ਇੰਗਲਿਸ਼ ਦੇ ਵਿੱਚ? ਜ਼ਰੂਰਤ ਹੈ ਇੰਗਲਿਸ਼ ਦੇ ਵਿੱਚ ਦੱਸੀ ਜਾਂਦੀ ਹੈ। ਜਦੋਂ ਉਹਨਾਂ ਨੂੰ ਫੜਿਆ ਗਿਆ ਨਾ, ਉਹਨਾਂ ਦੇ ਕੋਲ ਛੋਟੇ ਬੱਚੇ ਸੀ, ਗੱਦੀ ਚੱਕੀ ਹੋਏ, ਦੁੱਧ ਪੀਂਦੇ ਸੀ ਉਹਨਾਂ ਦਾ, ਹੈ ਨਾ, ਅਤੇ ਆਪਣੀ ਮਾਂ ਦੀ ਫੀਡ ਲੈਂਦੇ ਸੀਗੇ। ਅਤੇ ਉਹਨਾਂ ਨੂੰ ਕਹਿੰਦੇ ਵੀ ਦੇਖੋ ਤੁਹਾਡੇ ਜਿਹੜੇ ਘਰ ਵਾਲੇ ਉਹ ਮਾਰੇ ਗਏ, ਉਹ ਖਤਮ ਹੋ ਗਏ, ਉਹ ਨਹੀਂ ਹੋਣ ਬਚਣੇ, ਉਹ ਤਾਂ ਚਲੇ ਗਏ। ਤੁਹਾਨੂੰ ਮੈਂ ਇੱਦਾਂ ਕਰਦਾ ਵੀ ਤੁਸੀਂ ਨਾ ਇੱਦਾਂ ਕਰਿਆ ਕਰੋ ਵੀ ਤੁਹਾਡੀ ਪੈਨਸ਼ਨ ਲਾ ਦਿੰਦਾ ਮੈਂ, ਮੰਥਲੀ ਤੁਹਾਨੂੰ ਪੈਨਸ਼ਨ ਮਿਲਿਆ ਕਰੂਗੀ, ਤੁਹਾਨੂੰ ਉਸ ਘਰ ਦੇ ਦਿੰਦਾ ਮੈਂ, ਇੱਕ ਇੱਕ ਨੂੰ ਘਰ ਦੇ ਦਿੰਦਾ, ਠੀਕ ਹੈ ਨਾ। ਅਤੇ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਉਹ ਮੰਥਲੀ ਤੁਹਾਨੂੰ ਰਾਸ਼ਨ ਵੀ ਮਿਲਿਆ, ਤੁਹਾਨੂੰ ਪੈਨਸ਼ਨ ਵੀ ਮਿਲੂਗੀ, ਤੁਸੀਂ ਐਸ਼ ਨਾ ਰਹੋਗੀਆਂ। ਜੇ ਤੁਸੀਂ ਚਾਹੁੰਦੀ ਆ ਵਿਆਹ ਵੀ ਕਰਵਾ ਸਕਦੇ ਹਾਂ, ਪਰ ਤੁਹਾਨੂੰ ਸਿਰਫ ਇੱਕੋ ਗੱਲ ਕਰਨੀ ਪੈਣੀ ਆ, ਤੁਸੀਂ ਹੁਣ ਵਾਹਿਗੁਰੂ ਵਾਹਿਗੁਰੂ ਨਹੀਂ ਕਹਿਣਾ, ਤੁਸੀਂ ਕਹਿਣਾ ਅੱਲਾ ਅੱਲਾ ਅੱਲਾ।
ਉਹ ਕਹਿੰਦੀਆਂ ਇੱਦਾਂ ਨਹੀਂ ਅਸੀਂ ਕਹਿ ਸਕਦੇ ਹਾਂ, ਉੱਦਾਂ ਤਾਂ ਆਪਣੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਅਗੁਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਲਿਖਿਆ ਨਾ, ਅਸੀਂ ਅੱਲਾ ਕਹਿਣ 'ਚ ਕੋਈ ਗੁਨਾਹ ਥੋੜ੍ਹੋ ਹਾਂ, ਸਭ ਰੱਖਦੇ ਨਾ ਹੀ ਹਾਂ, ਕਿਰਤਮ ਨਾਮ ਕਥੇ ਤੇਰੇ ਕੇਵਾ ਸਾਰੇ ਉਹਦੇ ਨਾਂ, ਜੇ ਕਹਿੰਦੇ ਬਜ਼ਾਰੇ ਜਾਓ ਜਿੱਤੇ ਤੇਰੇ ਹੈ ਨਾ, ਪਰ ਉਹਨਾਂ ਨੇ ਕਿਹਾ ਇੱਦਾਂ ਨਹੀਂ ਅਸੀਂ ਕਹਿਣਾ, ਅਸੀਂ ਆਪਣਾ ਵਾਹਿਗੁਰੂ ਨਹੀਂ ਛੱਡ ਸਕਦੇ ਹਾਂ। ਉਹਨਾਂ ਦਾ ਕਹਿਣ ਦਾ ਮਤਲਬ ਸੀ ਅਤੇ ਤੁਸੀਂ ਸਿੱਖ ਧਰਮ ਛੱਡ ਦਿਓ, ਇਸਲਾਮ ਲੈ ਲਓ, ਹੋਰ ਤਾਂ ਕੋਈ ਹੈ ਨਹੀਂ ਸੀਗਾ, ਇਹੀ ਕਹਿਣਾ ਕਹਿਣ ਤੋਂ ਬਣਦਾ ਸੀ ਉਹਨਾਂ ਦਾ। ਉਹ ਕਹਿੰਦੀਆਂ ਇੱਦਾਂ ਨਹੀਂ ਕਰਦੇ, ਉਹ ਕਹਿੰਦਾ ਦੇਖੋ ਜੇ ਤੁਸੀਂ, ਤੁਹਾਨੂੰ ਮੈਂ ਪੈਨਸ਼ਨ ਦਿੰਦਾ ਹਾਂ, ਪੈਸੇ ਦਿੰਦਾ ਹਾਂ, ਸਾਰਾ ਕੁਛ ਦਿੰਦਾ ਹੈ, ਉਹ ਤੁਹਾਡੇ ਇੱਦਾਂ ਥੋੜ੍ਹਾ ਕਹਿ ਰਹੇ ਹਾਂ ਸਰ, ਇਲਾ ਹੀ ਕਹਿਣਾ। ਕਹਿੰਦੀਆਂ ਇਹ ਨਹੀਂ ਕਹਿਣਾ ਅਸੀਂ, ਅਸੀਂ ਆਪਣਾ ਧਰਮ ਨਹੀਂ ਛੱਡਣਾ। ਉਹ ਕਹਿੰਦਾ ਵੀ ਇਹ ਤਾਂ ਤੁਹਾਨੂੰ ਛੱਡਣਾ ਹੀ ਪੈਣਾ। ਜੇਲ੍ਹ 'ਚ ਦੇ ਦਿੱਤੀਆਂ, ਜੇਲ੍ਹ 'ਚ ਦੇ ਕੇ ਉਹਨਾਂ ਨੂੰ ਚੱਕੀਆਂ ਪੀਸਾਂ, ਹੁਣ ਤਾਂ ਆਪਾਂ ਆਟਾ ਬਣਿਆ ਬਣਾਇਆ ਮਿਲ ਜਾਂਦਾ, ਇੰਡੀਆ ਦੇ ਵਿੱਚ ਅਜੇ ਵੀ ਚੱਕੀਆਂ ਹੈਗੀਆਂ, ਉਹ ਮਤਲਬ ਬਿਜਲੀ 'ਤੇ ਚੱਲਦੀਆਂ, ਉਦੋਂ ਹੱਥ ਨਾਲ ਕਰਦੀਆਂ ਹੁੰਦੀਆਂ ਸੀ ਆਟਾ ਬਣਾਉਣਾ, ਜਿਹੜੀਆਂ ਰੋਟੀਆਂ ਖਾਣੀਆਂ ਉਹਦਾ ਆਟਾ ਜਿਹੜਾ ਸੀ ਹੱਥ ਨਾਲ ਵੀ, ਉਹ ਦਾਣੇ ਦੇ ਦਿੱਤੇ, ਸਾਰਾ ਦਿਨ ਪੀਲੀਆਂ ਰਹੀਆਂ ਵਿਚਾਰੀ, ਰਾਤ ਨੂੰ ਰੋਟੀ ਵੀ ਨਹੀਂ ਦਿੱਤੀ, ਪਾਣੀ ਵੀ ਨਹੀਂ ਦਿੱਤਾ, ਬੱਚੇ ਆ ਭੁੱਖੇ ਆ, ਸਾਰੀ ਰਾਤ ਵੀ ਇੱਦਾਂ ਹੀ ਲੰਘ ਗਈ। ਅਤੇ ਉਹ ਅਰਦਾਸ ਪਤਾ ਕੀ ਕਰਦੀਆਂ, ਵਾਹਿਗੁਰੂ ਜੀ ਆਪ ਜੀ ਦੇ ਬਾਣੀ ਵਿੱਚ ਦਿਨ ਸੁੱਖ ਨਾਲ ਬਤੀਤ ਹੋਇਆ, ਰਾਤ ਸੁੱਖ ਨਾਲ ਬਤੀਤ ਹੋਵੇ, ਆਪ ਜੀ ਦੇ ਬਾਣੀ 'ਚ ਰਾਤ ਸੁੱਖ ਨਾਲ ਬਤੀਤ ਹੋਈ ਆ, ਦਿਨ ਸੁੱਖ ਨਾਲ ਬਤੀਤ ਹੋਵੇ। ਉਹ ਜਿਹੜੇ ਉੱਥੇ ਸੀਗੇ ਅਬਜ਼ਰਵ ਕਰ ਰਹੇ, ਉਹਨਾਂ ਨੂੰ ਜਿਹੜੇ ਉਸ ਵੇਲੇ ਦੇਖੇ ਸੀਗੇ, ਉਹ ਜਿਹੜੇ ਸਿਕਿਉਰਟੀ ਗਾਰਡ ਸੀਗੇ, ਉਹਨਾਂ ਨੇ ਜਾ ਕੇ ਦੱਸਿਆ, ਉਹ ਤਾਂ ਇੱਦਾਂ ਕਹੀ ਜਾਂਦੀਆਂ, ਕਹਿੰਦਾ ਜਾਓ ਉਹਨਾਂ ਨੂੰ ਫੜ ਕੇ, ਉਹਨਾਂ ਨੂੰ ਕਹਿਤਾ ਵੀ ਅੱਜ ਇਹਨਾਂ ਨੂੰ ਬਿਲਕੁਲ ਥੋੜ੍ਹਾ ਖਾਣ ਨੂੰ ਦੇਣਾ ਆ, ਕੰਮ ਜ਼ਿਆਦਾ ਕਰਾਉਣਾ ਆ, ਅਤੇ ਰਾਤ ਨੂੰ ਇਹਨਾਂ ਨੂੰ ਬੱਚਿਆਂ ਨੂੰ ਬਿਲਕੁਲ ਦੁੱਧ ਨਹੀਂ ਪੀਣ ਦੇਣਾ ਇਹਨਾਂ ਦਾ। ਉਹਨਾਂ ਨੇ ਕੀ ਕੀਤਾ, ਹੱਥ ਬੰਨ੍ਹ ਦਿੱਤੇ, ਪੈਰ ਬੰਨ੍ਹ ਦਿੱਤੇ, ਉਹਨਾਂ ਦੇ ਉੱਪਰ ਵੱਡੇ ਸਾਰੇ ਪੱਥਰ ਰੱਖ ਦਿੱਤੇ ਕਿ ਪੱਥਰ ਪਰੇ ਨਾ ਕਰ ਲੈਣ, ਕਿਉਂਕਿ ਬੱਚਿਆਂ ਨੇ ਫੀਡ ਲੈਣੀ ਸੀਗੀ, ਅਤੇ ਉਹ ਬੱਚਿਆਂ ਨੂੰ ਦੂਰ ਕਰ ਰੱਖਿਆ, ਸਾਰੀ ਰਾਤ ਬੱਚੇ ਰੋਂਦੇ ਰਹੇ। ਸਵੇਰੇ ਉੱਠੀਆਂ, ਫਿਰ ਉਹਨਾਂ ਨੇ ਅਰਦਾਸ ਕੀਤੀ ਕਿ ਆਪ ਜੀ ਦੇ ਬਾਣੀ ਅੰਦਰ 'ਚ ਰਾਤ ਸੁੱਖ ਨਾਲ ਬਤੀਤ ਹੋਈ ਆ, ਦਿਨ ਸੁੱਖ ਨਾਲ ਬਤੀਤ ਕਰਾਏ। ਬੜਾ ਆਰਾਮ ਰਹਿ ਗਿਆ, ਕਹਿੰਦਾ ਜਾਓ ਇਕੱਠੀਆਂ ਕਰਕੇ, ਸਾਰੀਆਂ ਇਕੱਠੀਆਂ ਕਰਕੇ ਸਾਰੀਆਂ ਬਿਠਾ ਲਈਆਂ। ਉਹਨਾਂ ਨੂੰ ਕਹਿੰਦਾ ਵੀ ਅੱਜ ਆਖਰੀ ਦਿਨ ਆ ਤੁਹਾਡਾ, ਤੁਹਾਨੂੰ ਮੈਂ ਜਿੱਦਾਂ ਕਿਹਾ, ਮੈਂ ਫਿਰ ਉਸੇ ਗੱਲ ਨੂੰ ਕਹਿੰਦਾ ਮੈਂ ਵੀ ਤੁਹਾਨੂੰ ਪੈਨਸ਼ਨ ਲਾ ਦੂੰਗਾ, ਤੁਹਾਨੂੰ ਪੈਸੇ ਦੇ ਦੂੰਗਾ, ਤੁਹਾਨੂੰ ਘਰ ਦੇ ਦੂੰਗਾ, ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋਗੀਆਂ, ਪੈਨਸ਼ਨ ਤੁਹਾਨੂੰ ਪੈਸੇ ਮਿਲੂ। ਸਰ ਬੰਦਾ ਦਾ ਕਹਿਣਾ, ਉਹ ਕਹਿੰਦੀਆਂ ਇਹ ਨਹੀਂ ਅਸੀਂ ਕਰ ਸਕਦੇ। ਕਹਿੰਦੀਆਂ ਠੀਕ ਹੈ, ਇੱਕ ਦਾ ਬੱਚਾ ਲਿਆ ਜਿਹੜਾ ਦੋ ਮਹੀਨਿਆਂ ਦਾ ਸੀ, ਉਹ ਬੱਚਾ ਤਾਂ ਉਹਨੂੰ ਸਿੱਟ ਦਿੱਤਾ, ਤਾਂ ਉਹਨੂੰ ਸਿੱਟ ਕੇ ਉਹ ਜਿਹੜਾ ਨੀਚਾ ਸਮਝਦੇ ਤੁਸੀਂ ਵਰਸ਼ਾ, ਠੀਕ ਹੈ ਨਾ, ਉਹ ਥੱਲੇ ਕਰ ਦਿੱਤਾ, ਉਹਦੇ ਉਹ ਵਿੱਚ ਉਹਦੇ ਪਰੋਇਆ ਗਿਆ। ਔਰ ਜਦੋਂ ਖੂਨ ਨਿਕਲਿਆ ਸਾਰਾ ਹੋਇਆ, ਉਹਨੂੰ ਲਾਹ ਲਿਆ, ਜਿਹੜੀਆਂ ਦੂਸਰੀਆਂ ਬੈਠੀਆਂ ਸੀਗੀਆਂ ਨਾ, ਉਹ ਸੋਚਣ ਲੱਗੀਆਂ, ਕਹਿੰਦੀਆਂ ਇਹ ਮੇਰਾ ਵੀ ਮਾਰ ਦੂਗਾ ਬੱਚਾ, ਮਾਰ ਹੀ ਦੇਣਾ ਸੀ ਨਾ ਇਹਦਾ। ਉਹ ਸੋਚਦੀਆਂ ਮੈਂ ਨਹੀਂ ਸਿੱਖੀ, ਮੈਂ ਨਹੀਂ ਕਰਨਾ, ਮੈਂ ਨਹੀਂ ਸਿੱਖ ਧਰਮ ਲੈਣਾ, ਚੱਲ ਮੈਂ ਆਪੇ ਵੱਡਾ ਹੋ ਜੂਗਾ, ਮੈਂ ਸਿੱਖ ਬਣਾ ਲੂੰਗੀ, ਹੁਣ ਮੈਂ ਇਹਨਾਂ ਨੂੰ ਕਹਿ ਦਿੰਦੀ ਵੀ ਮੈਂ ਲਾਲਾ ਕਹਿ ਲਿਆ ਕਰੂੰ, ਇੱਦਾਂ ਨਹੀਂ ਕਿਹਾ ਉਹਨੇ। ਉਹਨੂੰ ਪੁੱਛਿਆ, ਕਹਿੰਦੀ ਜੀ ਮੈਂ ਵੀ ਨਹੀਂ ਕਹਿਣਾ, ਉਹਦੇ ਬੱਚੇ ਦੇ ਟੋਟੇ ਕਰ ਦਿੱਤੇ, ਕੱਟ ਦਿੱਤਾ, ਲਿੰਬ ਬਾਈ ਲਿੰਬ ਕੱਟ ਦਿੱਤਾ, ਉਹਦੇ ਗਲ ਉਹਦੀ ਝੋਲੀ 'ਚ ਪਾ ਦਿੱਤੀ। ਤੀਸਰੀ ਮਾਂ ਉਹਨੇ ਦੇਖਿਆ ਦੋਵਾਂ ਦਾ ਇੱਦਾਂ ਹੋ ਗਿਆ, ਮੇਰੇ ਨਾਲ ਵੀ ਇੱਦਾਂ ਹੀ ਹੋਊਗੀ, ਉਹਨੇ ਇੱਦਾਂ ਸੋਚਿਆ ਨਾ ਮੇਰੇ ਨਾਲ ਵੀ ਇੱਦਾਂ ਹੀ ਹੋਣੀ ਹੈ। ਉਹਨੇ ਕਿਹਾ, ਉਹਨੂੰ ਪੁੱਛਿਆ ਤੂੰ, ਕਹਿੰਦੀ ਮੈਂ ਵੀ ਨਹੀਂ ਇੱਦਾਂ ਕਰਨੀ, ਉਹਦੇ ਬੱਚੇ ਦੀਆਂ ਵੀ ਇੱਦਾਂ ਹੀ ਕਰਕੇ ਉਹਨੂੰ ਉਹਦੇ ਕਰ ਦਿੱਤੇ, ਸਾਰੇ ਬੱਚੇ ਜਿਹੜੇ ਮਾਰ ਦਿੱਤੇ, ਸਾਰੇ ਬੱਚੇ ਮਾਰ ਦਿੱਤੇ। ਮੈਂ ਜਦੋਂ ਸਟੋਰੀ ਪੜ੍ਹੀ ਨਾ, ਤਾਂ ਮੇਰੇ ਮਨ 'ਚ ਇੱਕ ਆਇਆ, ਇਹਦਾ ਮਤਲਬ ਕੀ ਹੈ, ਇੱਕ ਮਿੰਟ, ਇਹ ਮੇਰਾ ਮੇਰੇ ਮਨ ਦੇ ਵਿੱਚ ਇਹ ਆਇਆ, ਮੈਂ ਜਦੋਂ ਪੜ੍ਹਦਾ ਸੀ ਕਿ ਸਾਨੂੰ ਮੈਨੂੰ ਆਪਣੇ ਬੱਚੇ ਜ਼ਿਆਦਾ ਪਿਆਰੇ ਆ, ਨਹੀਂ ਮੈਨੂੰ ਆਪਣੇ ਬੱਚੇ ਜ਼ਿਆਦਾ ਪਿਆਰੇ ਆ, ਮੈਂ ਆਪਣੇ ਬੱਚੇ ਦਾ ਕੋਈ ਬੁਖਾਰ ਵੀ ਹੁੰਦਾ ਆ, ਮੈਂ ਫਟਾਫਟ ਹੋਸਪਿਟਲ ਲੈ ਕੇ ਜਾਂਦਾ, ਇੱਦਾਂ ਕਰਦਾ, ਕਿੰਨਾ ਪਿਆਰ ਕਰਦਾ ਮੈਂ ਆਪਣੇ ਬੱਚਿਆਂ ਨੂੰ। ਉਹਨਾਂ ਨੂੰ ਵੀ ਉਹਨਾਂ ਦੇ ਬੱਚੇ ਪਿਆਰੇ ਸੀਗੇ, ਅਤੇ ਸਿੱਖੀ ਦਾ ਕੀ ਸੀਗਾ, ਸਿੱਖੀ ਤਾਂ ਫਿਰ ਲੈ ਲੈਂਦੀਆਂ, ਉਹ ਥੋੜ੍ਹੇ ਚਿਰਾਂ ਬਾਅਦ ਫਿਰ ਸਿੱਖ ਧਰਮ ਨੂੰ ਲੈ ਲੈਂਦੀਆਂ, ਬੱਚਿਆਂ ਨੂੰ ਸਿੱਖ ਬਾਅਦ 'ਚ ਬਣਾ ਲੈਂਦੀਆਂ, ਦੱਸ ਦਿੰਦੀਆਂ ਤੁਹਾਡੇ ਬਾਪ ਨਾਲ ਇੱਦਾਂ ਹੋਈ ਸੀ, ਥੋੜ੍ਹਾ ਚਿਰ ਲਾਲਾ ਕਹੀ ਜਾਂਦੀਆਂ, ਕਾਹਤੋਂ ਨਹੀਂ ਕਿਹਾ ਉਹਨਾਂ ਨੇ। ਇਹਦਾ ਮਤਲਬ ਹੈ ਕਿ ਸਿੱਖ ਧਰਮ ਦੇ ਵਿੱਚ ਇੱਕ ਇੱਦਾਂ ਦੀ ਚੀਜ਼ ਆ ਜਿਹੜੀ ਔਲਾਦ ਨਾਲੋਂ ਵੀ ਜ਼ਿਆਦਾ ਪਿਆਰੀ ਆ, ਔਲਾਦ ਦੇ ਨਾਲੋਂ ਵੀ ਜ਼ਿਆਦਾ ਚੰਗੀ ਚੀਜ਼ ਆ। ਉਹ ਕਿਹੜੀ ਚੀਜ਼ ਆ ਤੁਹਾਨੂੰ ਪਤਾ? ਤੁਹਾਨੂੰ ਪਤਾ ਕਿਹੜੀ ਚੀਜ਼ ਆ? ਨਹੀਂ ਪਤਾ ਨਾ ਆਪਾਂ। ਉਹ ਚੀਜ਼ ਸਿੱਖ ਧਰਮ ਦੇ ਵਿੱਚ ਹੈ, ਬਾਣੀ ਦੇ ਵਿੱਚ ਹੈ, ਨਾਮ ਦੇ ਵਿੱਚ ਉਹ ਚੀਜ਼ ਹੈ ਜਿਹੜੀ ਸਾਨੂੰ ਇਸ ਪਿਆਰ ਤੋਂ, ਜਿਹੜਾ ਇਹ ਚੀਜ਼ ਕਰਨੀ ਦਾ ਉਹ ਸ਼ਹੀਦ ਹੋ ਜਾਂਦਾ, ਉਹਦੀ ਸ਼ਹੀਦੀ ਬਣਦੀ ਹੈ, ਉਹ ਸ਼ਹੀਦ ਹੋ ਜਾਂਦਾ। ਬੇਟੇ ਤੁਸੀਂ ਹੁਣ ਆਪਾਂ ਦੇਖੋ, ਐਸੀਗਾ ਇੱਦਾਂ ਨਾ ਹੋਵੇ ਵਨ ਸਾਈਡ ਜਿਹੜੀ ਰਹਿ ਜਾਵੇ ਨਾ, ਤੁਹਾਡੇ ਕੋਈ ਕੁਐਸਚਨ ਹੈਗੇ ਆ ਤੁਹਾਡੀ ਡੇਲੀ ਲਾਈਫ ਦੇ ਵਿੱਚ ਆਉਂਦੇ ਆ, ਜਾਂ ਕੋਈ
कोई तुम्हें प्रॉब्लम्स है जो जो शेयर कर सकते हैं अकॉर्डिंग टू सिखिज़म अकॉर्डिंग टू गुरबाणी है ना, तो जो तुम करना चाहो तो तुम कर सकते हो। भाई साहब कुछ ना कुछ जो है किसी का कि अपना अपना पेरेंट्स की रिस्पैक्ट करता है सिख जिहड़ा है, पर उहदे च की प्रॉब्लम आ गई है कि पेरेंट्स जिहड़े अमृतधारी ने बच्चे ने अमृत छक लिया, यही होया ना। तो हुण पेरेंट्स जिहड़े कहिंदे आ तुसीं जाणा आ उत्थे पार्टी ते इदां होणा आ, तो ले जाणा चाहुंदे तां बच्चा जाणा नहीं चाहुंदा। उहदे लई सानूं एज ए सिख एज ए गुरसिख की करना चाहिए आ, दसो भाई। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਾਂ ਅੰਮ੍ਰਿਤ ਛਕ ਲੈਂਦੇ ਹਾਂ ਸਾਨੂੰ ਗੁਰੂ ਨੇ ਕੀ ਹੁਕਮ ਦਿੱਤਾ ਹੁੰਦਾ ਬੇਟੇ? ਆਪਾਂ ਅੰਮ੍ਰਿਤ ਛਕ ਕੇ ਗੁਰੂ ਨੇ ਕਿਹਾ ਹੁੰਦਾ ਵੀ ਆਹ ਨਾਮ ਜਪਣਾ, ਅੰਮ੍ਰਿਤ ਵਿੱਚ ਉੱਠਣਾ, ਫਿਰ ਸਾਰੀ ਬਾਣੀ ਪਾਣੀ ਕੀਰਤਨ ਕਰਨਾ ਸੁਣਨਾ। ਆਪਾਂ ਗੁਰੂ ਦੇ ਆਖੇ ਲੱਗਦੇ ਨਹੀਂ, ਆਪਣੇ 'ਚ ਕਮੀ ਹੁੰਦੀ ਹੈ। ਇਸ ਕਰਕੇ ਸਾਨੂੰ ਜਿਹੜੇ ਮਾਂ ਪਿਓ ਨੂੰ ਅਸੀਂ ਪ੍ਰੇਰਣ ਨਹੀਂ ਕਰ ਸਕਦੇ, ਅਸੀਂ ਉਹਨਾਂ ਨੂੰ ਸ਼ੋਅ ਨਹੀਂ ਕਰ ਸਕਦੇ ਵੀ ਸਾਰੀ 'ਚ ਕੋਈ ਚੇਂਜਿੰਗ ਆਈ ਆ, ਕਿਉਂਕਿ ਜੋ ਗੁਰਸਿੱਖ ਅੰਮ੍ਰਿਤ ਛਕਦਾ ਨਾ ਉਹਦੀ ਚੇਂਜਿੰਗ ਆਉਂਦੀ ਆ। ਜਿੱਦਾਂ ਗੁਰੂ ਆਪਣਾ ਬਾਣੇ ਨਾਲ ਬਾਣਾ ਦੇ ਕੇ ਬਦਲਦਾ ਸਾਨੂੰ, ਇੱਦਾਂ ਗੁਰੂ ਆਪਣਾ ਨਾਮ ਦੇ ਕੇ ਆਪਣਾ ਅੰਦਰੋਂ ਚੇਂਜ ਕਰਦਾ। ਰਾਰਾ ਰੰਗੋ ਇਹ ਮਨ ਆਪਣਾ, ਹਰ ਹਰ ਨਾਮ ਜਪੋ ਜਪੋ ਰਸਣਾ, ਰੇ ਰੇ ਦਰ ਕੇ ਕਹਿਣਾ ਪਊ ਆ ਬੈਠ ਆਦਰ ਸਭ ਦੋ। ਦਰਗੇ ਗੱਲ ਬਾਅਦ ਆ, ਬਾਕੀ ਸੰਸਾਰ ਦੇ ਵੀ ਆਦਰ ਤਾਂ ਦੇਣ ਲੱਗ ਪੈਂਦੇ ਜੇ ਆਪਾਂ ਨਾਮ ਜਪਾਂਗੇ, ਆਪਾਂ ਨਾਮ ਜਪਦੇ ਨਹੀਂ। ਇਸ ਕਰਕੇ ਸਾਰੇ 'ਚ ਆਪਣੀ ਚੇਂਜ ਨਹੀਂ ਹੁੰਦੀ, ਅਤੇ ਸਾਡੇ ਮਾਂ ਪਿਓ ਕੁਛ ਨਹੀਂ ਕਰ ਸਕਦੇ। ਜੋ ਚੇਂਜ ਆਪਣੇ 'ਚ ਹੋਏ ਉਹਨਾਂ 'ਤੇ ਪ੍ਰਭਾਵ ਪੈਣਾ ਤੁਹਾਡੇ ਲਾਈਫ ਦਾ, ਕਿ ਇਹਦੇ 'ਚ ਕੁਛ ਚੇਂਜਿੰਗ ਆਈ ਆ ਅੰਮ੍ਰਿਤ ਛਕ ਕੇ ਜਾਂ ਨਹੀਂ। ਇਸ ਕਰਕੇ ਸਾਡੇ 'ਚ ਆਪਾਂ ਨੂੰ ਫੀਲ ਨਹੀਂ ਹੁੰਦਾ, ਕਿਉਂਕਿ ਹਜੇ ਨਾਮ ਨਹੀਂ ਵਸਿਆ ਹੁੰਦਾ। ਦੱਸ ਪ੍ਰਭਾਵ ਨੂੰ they want to notice if there's actually any changes with us, or are we just doing the same things, talking the same way, eating the same things as before? Is there any change in our actual life? And they will notice those things. So the main objective is to do now with us, then by doing that we can obtain good mukhi qualities like, you know, sweet speech, humility, you know, respecting everyone regardless of their background, whether they are or are not amatari, things like that. So when they can tell that you're changing, they'll respect you, and sooner or later you probably get left alone by your family members and your friends. They realize that this person is no good for us anymore, for our, you know, messing about and stuff. So they'll give up on you after a while. Yeah. What's the difference between a non-amritari and amritari? What's the difference between non-amritari and amritari? If there are two persons, one is amritari and one is non-amritari, what do you think about them? What's the difference between them? Yeah? Is it the one's started path to attain the started path, and then one hasn't started the path yet? The amritari, he has a goal. He wants to reach his destination. What I think that ਜਦੋਂ ਅਸੀਂ ਅੰਮ੍ਰਿਤਧਾਰੀ ਨਹੀਂ ਹੈਗੇ ਉਦੋਂ ਸਾਡੀ ਨੇਚਰ ਹੋ ਰਿਹਾ, ਜਦੋਂ ਅਸੀਂ ਅੰਮ੍ਰਿਤਧਾਰੀ ਹੋ ਗਏ ਹਾਂ ਸਾਡੀ ਨੇਚਰ ਹੋ ਰਿਹਾ, ਠੀਕ ਹੈ ਨਾ। ਜਦੋਂ ਤੁਸੀਂ ਅੰਮ੍ਰਿਤ ਛਕ ਲਿਆ
सब तो पहला तुसी की लाओगे, सब तो पहली केड़ी चीज आओगी थाड़े, what will you get first after the amrit shakana? जिन्होंने अमृत छकिया दस दें एनी थी जो तुम डंग नहीं अमृत छकिया उदो की जो अमृत छक लिया फिर कि चीज आई थोड़े को Surely you must know this. So what's the point? पंचकार इस देखो बेटे ये है कि ये साड़ी बाली ड्रेस ये तो मिलना ही मिलने ना ये तो बिना तमरा तो मिलना ही है इंटरनली या जा तो इंटरनली तो सीख लिया कोई चीज आई ओके जी सेम कोई चीज आई पेशेंस आ जाता है यू विल गेट पेशेंस प्यार आ जाता है बहुत सारा तो स्पेशली जी चीज आती है वह हैगी कन्वेंस पावर क्यों क्योंकि तुम नितनेम भी हो गए हैं थानू नाम मिल गया आ जो तुम ये चीज़ करोगे तो वह जी पावर आई अपने पेरेंट्स को कन्वेंस कर सकते कि पिता जी मां डैड मैं डिस्टर्ब होऊंगा उत्थे मैं डिस्टर्ब होऊंगा उत्थे नहीं मैं जाना चाहूँगा बे मैं मेरा ख्याल है कि इदा का माँ बाप नहीं होगा जिहड़ा इदा कहूगा नहीं पुत तू जरूर चल इहदा मतलब यह कि सानू नितनेम ही जिदा भाई साहब उन्होंने दसिया सिमरन और नितनेम के नाल जुड़े रहना पैना और थोड़ी एक मैं तुम होर दसा आई वॉज टीचर इन इंडिया उदो की करते मैं ना जो बच्चे मेरे को होंगे जो बच्चे बहुत मैथमैटिक साइंस टीचर रहा मैं जो तो बच्चे नहीं होंगे तो जो नहीं पढ़ते तो उन्होंने मैं साइड से वक्रे कर लेना उन्होंने वक्रा गुरु इतने का एजुकेशन सिस्टम टोटली डिफरेंट फ्रॉम इंडिया है ना इतने थोड़ा जोड़ा होर सिस्टम उत्थे ही सीखा साढ़े अच्छा स्टिक भी यूज करते रहे हैं वो खड़ा हो कितने तू इधर आए तेन पुछी है उधर खड़ा हो तो पिछले खड़ा हो जा पढ़ के नहीं आया चल बार टीचर इतना भी करते रहे ठीक है ना और कुटते भी रहे ठीक है तो बच्चों वक्रे कर लेना मैं उन्होंने की किया मैं सोचा इन्हों कि करा इन्हों समझ नहीं आ रही इन्हों पता नहीं है इन्ने डल कितों आ गए कुछ समझ ही नहीं रहा मैं सम कट रहा इन्होंने पता नहीं लग रहा ईवन इतों तक के टेबल भी नहीं आते हैं मैं उन्होंने पूछता टू थ्री सा किन्ने होंगे तो सिक्स नहीं कह सकते मैं की करा इन्हों मैं कट्ठे कर मैं क्या तुम इदा करो बाद मैं मिले सारे जने जो मेरा स्कूल फिनिश हो गया मैं उन्होंने एक्सट्रा क्लास ली मैं उन्होंने उठ के पढ़ा दे मैं करो पाठ एक महीना दो महीने पाठ किया उन्होंने उन्होंने पिछले बच्चे जोड़े से दूसरे नो भी इंटेलीजेंट हो गए वाई वैन वी डू पाठ वैन वी डिड कुरबानी वी कैन फोकस अवर सेल्फ ओनली वन पॉइंट यू नो इफ यू आर अमृतारी देन यू हैव नाम जो सवेरे उठ के नाम जपते हैं वी कैन फोकस अवर सेल्फ देयर एंड इन दिस वे यू विल गेट पेशेंस स्टेबिलिटी कॉन्सेंट्रेशन इदा नहीं गुण आ जाने इदा नहीं क्वालिटी आ जाएगी तो हूँ एक बच्चा आया सॉरी यार मैं यही कहता कि तुम इंटेलीजेंट नहीं मैं नहीं कह रहा लेकिन मैं दस रहा कि वट द इंपोर्टेंस ऑफ अमृत मैं कहना हाँ पार्ट है भी इन्हें अमृत छकिया इन्हें नहीं छकिया इन्हों मैं क्वेश्चन दे दिना कोई भी तुम क्वेश्चन मैं दसो यदा याद कर लो या है ना जिन्हें अमृत नहीं छकिया वो अद्धे घंटे च याद करता जिन्हें अमृत छकिया वह पाँच मिनट च याद कर लेगा क्यों क्योंकि वह अपने आप को फोकस कर लेता है उन्होंने पता है रोज़ प्रैक्टिस कर रहा एक फुटबॉल प्लेयर आनू आप कह दीजिए हम मैं भेज दो जब भाई सुरजीत सिंह जब भाई जनरल सिंह सर कंधा में जाके भेज दो चलो भी तुम इंग्लैंड की फुटबॉल की टीम के हो जाओ असं उसे की करेंगे मेरा ख्याल आप पाँच मिनट दौड़ा ये तो फिर भाई सुरजीत सिंह शायद ज़्यादा दौड़ लें पाँच मिनट भाई जनरल सिंह होना तुझे खड़े रहना पाँच मिनट बाद की होना मेरा सब पानी लियो इतनी होनी ना क्यों क्योंकि प्रैक्टिस है नहीं प्रैक्टिस है नहीं ना प्लेयर में प्रैक्टिस करने की लड़ है तो ही जाऊगा ग्राउंड के तो साड़ी लाइफ के रखना नहीं अप्स एंड डाउन इन आवर डेली लाइफ सो कितना स्ट्रोंग होवे
ਕਿੱਥੋਂ ਲਵਾਂਗੇ ਇਹ ਤਾਕਤ, ਕਿੱਥੋਂ ਲਵਾਂਗੇ ਐਨਰਜੀ? ਫਰੋਮ ਗੁਰਬਾਣੀ, ਫਰੋਮ ਗੁਰੂ ਜੀ, ਠੀਕ ਹੈ ਨਾ? ਉਹ ਜਿਹੜੀ ਕਨਵੇਂਸ ਪਾਵਰ ਹੋਣੀ, ਉਹ ਜਿਹੜੀ ਐਨਰਜੀ ਹੋਣੀ ਹੈ, ਯੂ ਕੈਨ ਯੂਜ਼ ਦੈਟ ਐਨਰਜੀ ਇਨ ਐਵਰੀ ਵੇ, ਨਾਟ ਓਨਲੀ ਫਾਰ ਯੂਅਰ ਪੇਰੈਂਟਸ, ਆਲਸੋ ਵੈਨ ਯੂ ਵੁੱਡ ਡੂ ਦ ਵਰਕ ਐਟ ਇਨ ਐਵਰੀ ਡਿਫਰੈਂਟ ਫੀਲਡਸ, ਯੂ ਕੈਨ ਕਨਵੇਂਸ ਯੂਅਰ ਬੋਸ. ਲੋਕ ਤੁਹਾਡੇ ਵੱਲ ਦੇਖ ਕੇ ਜਦੋਂ ਤੁਸੀਂ ਤੁਰੋਗੇ ਨਾ, ਜਿਹੜਾ ਅੰਮ੍ਰਿਤਧਾਰੀ ਤੁਰ ਰਿਹਾ ਆ, ਚੱਲ ਰਿਹਾ ਆ, ਉਹਦੇ ਵੱਲ ਲੋਕ ਦੇਖ ਕੇ ਕਹਿ ਦੇਣ ਅੰਮ੍ਰਿਤਧਾਰੀ ਜਾ ਰਿਹਾ ਹੈ. ਅਤੇ ਪ੍ਰੋਬਲਮਸ ਕਿੱਥੇ ਆ? ਉਹੀ ਐਮ ਐਸ ਐਨ ਦੀ, ਉੱਥੇ ਪ੍ਰੋਬਲਮਸ ਆ ਰਹੀਆਂ. ਸਾਡੇ ਕਰੈਕਟਰ ਨੂੰ ਹਾਈ ਰੱਖਣਾ ਪੈਣਾ, ਰੈਂਕ ਮਰਿਆਦਾ ਨੂੰ ਉੱਥੇ ਰੱਖਣਾ ਪੈਣਾ, ਪੁੱਤ ਬਾਣੀ ਪੜ੍ਹਨੀ ਪੈਣੀ ਆ. ਫਿਰ ਤੁਸੀਂ ਦੱਸਿਓ ਕਿ ਹਾਂ, ਫਿਰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਦੱਸੋ ਵੀ ਹਾਂ ਵੀ ਮੈਨੂੰ ਪ੍ਰੋਬਲਮ ਆ ਰਹੀ ਆ, ਮੈਨੂੰ ਇਹ ਨਹੀਂ ਹੋ ਰਹੀ. ਸਵਾਲ ਹੀ ਨਹੀਂ ਪੈਦਾ ਹੁੰਦਾ ਪ੍ਰੋਬਲਮ ਆਵੇ. ਜਿਹਨਾਂ ਨੇ ਅੰਮ੍ਰਿਤ ਨਹੀਂ ਛਕਿਆ, ਉਹਨਾਂ ਦੀ ਪ੍ਰੋਬਲਮ ਆ ਕੇ ਅਸੀਂ ਅੰਮ੍ਰਿਤ ਨਹੀਂ ਛਕ ਸਕਦੇ. ਪੇਰੈਂਟਸ ਨਹੀਂ ਮੰਨਦੇ ਜਾਂ ਹੋਰ ਕੋਈ ਪ੍ਰੋਬਲਮ ਹੈਗੀ ਆ, ਗੁਰਬਾਣੀ ਤਾਂ ਪੜ੍ਹ ਸਕਦੇ ਹਾਂ. ਯੂ ਕੈਨ ਰੀਡ ਗੁਰਬਾਣੀ, ਨਿਤਨੇਮ ਵੀ ਤਾਂ ਪੜ੍ਹ ਸਕਦੇ ਹਾਂ. ਅਸੀਂ ਡੇਲੀ ਨਿਤਨੇਮ ਕਿਉਂ ਕਰਦੇ ਹਾਂ? ਕਿਉਂ ਕਰਦੇ ਹਾਂ ਡੇਲੀ ਨਿਤਨੇਮ? ਇਸੇ ਕਰਕੇ ਤਾਂ ਕਰਦੇ ਹਾਂ ਡੇਲੀ ਨਿਤਨੇਮ ਕਿ ਸਾਨੂੰ ਰੋਜ਼ ਦੀ ਰੋਜ਼ ਐਨਰਜੀ ਮਿਲਦੀ ਰਹੇ. ਪਤਾ ਸਾਡੀ ਵੇਸਟ ਕਿੱਥੇ ਹੁੰਦੀ ਐਨਰਜੀ? ਜਦੋਂ ਅਸੀਂ ਦੇਖਦੇ ਹਾਂ, ਜਦੋਂ ਅਸੀਂ ਸੁਣਦੇ ਹਾਂ, ਜਦੋਂ ਅਸੀਂ ਬੋਲਦੇ ਹਾਂ, ਇਹ ਸਾਰੀ ਜਾਂਦੀ ਲੱਗਦੀ ਹੈ. ਜੇ ਦੋ ਤਰ੍ਹਾਂ ਦਾ ਹੁੰਦਾ ਨਾ, ਇੱਕ ਚੰਗਾ ਬੋਲਣਾ, ਇੱਕ ਮਾੜਾ ਬੋਲਣਾ, ਚੰਗਾ ਦੇਖਣਾ, ਮਾੜਾ ਦੇਖਣਾ, ਚੰਗਾ ਸੁਣਨਾ, ਮਾੜਾ ਸੁਣਨਾ. ਸੁਣ ਦੇਖਣੀਆਂ ਤਾਂ ਮੂਵੀ ਆ, ਅਤੇ ਐਨਰਜੀ ਕਿੱਥੋਂ ਗੇਨ ਹੋ ਗਈ? ਤਾਂ ਲੋਸ ਹੋ ਰਹੀ ਆ. ਐਨਰਜੀ ਗੇਨ ਕਰਦੇ ਲਈ ਸਾਨੂੰ ਜਿਹੜਾ ਗੁਰਬਾਣੀ ਪੜ੍ਹਨੀ ਪੈਣੀ, ਸ਼ਬਦ ਦੇਖਣਾ ਪੈਣਾ, ਗੁਰਬਾਣੀ ਦੇਖਣੀ ਪੈਣੀ ਆ, ਫਿਰ ਉਹ ਜਾਣੀ ਹੈਗੀ ਆ. ਇਹ ਕਿੱਦਾਂ ਪ੍ਰੋਸੈਸ ਕਿੱਦਾਂ ਚੱਲਦਾ ਹੈ? ਤੁਹਾਨੂੰ ਪਤਾ ਕਿੱਦਾਂ ਚੱਲਦਾ ਪ੍ਰੋਸੈਸ ਹੈ? ਥਰੂ ਵੇਵਸ. ਆਹ ਮੋਬਾਈਲ, ਯੂ ਹੈਵ ਮੋਬਾਈਲ, ਕਿੱਦਾਂ ਵਰਕ ਕਰਦਾ ਹੈ? ਦੇਰ ਆਰ ਮੈਨੀ ਵੇਵਸ, ਯੂ ਨੋ, ਟੂ ਮਚ ਪੋਲਿਊਸ਼ਨ ਹੀ ਆ. ਦੇਰ ਆਰ ਮੈਨੀ ਵੇਵਸ ਆ ਰਹੀ ਆ, ਇੰਟਰਨੈਟ, ਰੇਡੀਓ ਐਂਡ ਅਦਰ ਵੇਵਸ ਆ ਰਹੀ ਆ. ਵੀ ਕਾਂਟ ਸੀ ਦੋਜ਼ ਵੇਵਸ, ਨੋਬਡੀ ਕੈਨ ਸੀ ਦੋ ਵੇਵਸ ਕਮ ਫਰੋਮ ਦਾ ਸੈਟੇਲਾਈਟ. ਦੇਖਦਾ ਕੋਈ ਨਹੀਂ, ਪਰ ਸਾਨੂੰ ਪਤਾ ਹੈ ਕਿ ਸਾਰੀਆਂ ਸੇਮ. ਵੈਨ ਵੀ ਰੀਡ ਕਰਵਾਣੀ, ਵੈਨ ਵੀ ਓਪਨ ਅ ਗੁਟਕਾ, ਵੈਨ ਵੀ ਡੂ ਨਿਤਨੇਮ, ਔਨ ਦੈਟ ਟਾਈਮ ਸਮ ਵੇਵਸ ਕੰਟੀਨਿਊ ਬੀ ਰਿਲੀਜ਼. ਦਾਦਾ ਫੇਮ, ਦਾਦਾ ਦਾ ਐਗਜ਼ਾਮਪਲ, ਮੇਰੇ ਕੋਲ ਨਾ ਲੈਪਟੋਪ ਹੈ. ਉਹ ਲੈਪਟੋਪ ਜਦੋਂ ਮੈਂ ਲਿਆ ਨਾ, ਅਤੇ ਮੈਨੂੰ ਇੰਨਾ ਆਪਰੇਟ ਨਹੀਂ ਸੀ ਕਰਨਾ ਆਉਂਦਾ, ਥੋੜ੍ਹਾ ਆਉਂਦਾ ਸੀ. ਅਤੇ ਮੈਂ ਉਹਨੂੰ ਕਿਹਾ, ਨੌਜਵਾਨ, ਮੈਂ ਕਿਹਾ ਯਾਰ ਮੈਂ ਚਲਾ ਦੇ. ਕਹਿੰਦਾ ਠੀਕ ਹੈ, ਮੈਂ ਲਿਆਉਣ ਦਿੰਦਾ. ਉਹਨੇ ਦੇਖਿਆ ਦੁਖਿਆ, ਕਹਿੰਦਾ ਮੈਂ ਕਿਹਾ ਚਲਾਉਣਾ? ਕਹਿੰਦਾ ਨਹੀਂ ਹਜੇ ਨਹੀਂ. ਮੈਂ ਕੀ ਗੱਲ ਹੋਈ? ਕਹਿੰਦਾ ਮੈਂ, ਕਹਿੰਦਾ ਨਹੀਂ ਹਜੇ, ਥੋੜ੍ਹਾ ਰੁਕ ਜਾਓ. ਕਹਿੰਦਾ ਕਿਉਂ? ਕਹਿੰਦਾ ਜੀ ਐਂਟੀਵਾਇਰਸ ਇਹਦੇ ਵਿੱਚ ਆਪਾਂ ਉਹ ਡਾਊਨਲੋਡਿੰਗ ਕਰਨੀ ਆ, ਨਹੀਂ ਤਾਂ ਫਿਰ ਤੇਰਾ ਜਿਹੜਾ ਵਾਇਰਸ ਆ ਜਾ ਕਰੂਗਾ, ਸਾਰੀਆਂ ਫਾਈਲਸ ਜਿਹੜੀਆਂ ਡੈਮੇਜ ਹੋ ਜਾਣੀਆਂ. ਚੱਕਰ ਪਿਆ, ਉਹਨੇ ਦੇਖਿਆ, ਉਹ ਸੀਡੀ ਵਿੱਚ ਪਾਈ, ਪ੍ਰੋਸੈਸ ਚੱਲਿਆ, ਥੋੜ੍ਹਾ ਜਿਹਾ ਮੈਨੂੰ ਪੇਸ਼ੈਂਸ ਰੱਖਣੀ ਪਈ. ਹਾਂ, ਮੈਂ ਕਹਿੰਦਾ ਹੁਣ ਉਹ ਡਾਊਨਲੋਡ ਤੂੰ ਕਰ ਸਕਦੇ. ਤਾਂ ਸਾਡੇ ਵਿੱਚ ਵਾਇਰਸ, ਐਂਟੀਵਾਇਰਸ, ਕੋਈ ਡਾਊਨਲੋਡਿੰਗ ਹੈਗੀ ਸਾਡੀ? ਨਹੀਂ. ਇਹ ਜਿਤਨੇ ਐਂਟੀਵਾਇਰਸ ਡਾਊਨਲੋਡਿੰਗ ਹੀ ਆ, ਹੋਰ ਕੀ ਆ? ਇਹਦੇ ਨਾਲ ਕੀ ਹੁੰਦਾ? ਅਸੀਂ ਸੇਫ ਰਹਾਂਗੇ. ਨੈਗੇਟਿਵ ਥਾਟਸ, ਕੋਈ ਇੱਦਾਂ ਦੀਆਂ ਚੀਜ਼ਾਂ ਜਿਹੜੀ ਵਾਇਰਸ ਆ, ਉਹ ਸਾਡੇ ਅੰਦਰ ਨਹੀਂ ਐਂਟਰ ਹੋਣਗੇ. ਠੀਕ ਹੈ ਨਾ? ਜਦੋਂ ਸਾਡੇ ਐਂਟਰ ਹੋਣਗੇ, ਉਹ ਤੁਹਾਨੂੰ ਐਕਸਾਈਟ ਕਰਨਗੇ, ਤੁਸੀਂ ਇੱਦਾਂ ਇੱਦਾਂ ਕਰੋ, ਇੱਦਾਂ ਕਰੋ. ਠੀਕ ਹੈ ਨਾ? ਅੰਦਰ ਹਰਕਤ, ਭੂਤਾਂ ਵੜ ਜਾਂਦੇ ਨਾ ਅੰਦਰ. ਭੂਤ ਜਦੋਂ ਅੰਦਰ ਵੜਿਆ ਹੋਵੇ, ਫਿਰ ਹਰਕਤ ਕਰਦਾ ਨਾ, ਅਤੇ ਪੱਬ ਦੇ ਵਿੱਚ ਨੱਚਦਾ ਆ, ਫਿਰ ਸਾਰਾ ਕੁਛ ਕਰਦਾ, ਸ਼ਰਾਬਾਂ ਪੀਂਦਾ ਆ. ਭੂਤ ਹੀ ਆ, ਹੋਰ ਕੀ ਆ? ਭੂਤ ਹੀ ਆ. ਜਦੋਂ ਉਹ ਨਹੀਂ ਹੈਗਾ, ਐਂਟੀਵਾਇਰਸ ਡਾਊਨਲੋਡ, ਭੂਤ ਨਹੀਂ ਆਉਣਾ ਹੀ ਨਹੀਂ ਅੰਦਰ, ਉਹ ਖਿਆਲ ਆਉਣਾ ਹੀ ਨਹੀਂ ਅੰਦਰ, ਉਹ ਪਰੇ ਰਹਿਣਾ ਆ. ਅਤੇ ਫਿਰ ਅਸੀਂ ਸਟਰੋਂਗ ਹੋਵਾਂਗੇ ਨਾ ਦੂਸਰਿਆਂ ਨਾਲੋਂ? ਹੁਣ ਤੁਸੀਂ ਦੱਸੋ ਕਿ ਆਪਾਂ ਸਟਰੋਂਗ ਹੋਣਾ ਹੈ ਕਿ ਬਾੜੇ ਨੂੰ ਬਣਨਾ ਹੈ, ਐਵੇਂ ਦੂਜੇ ਲੋਕਾਂ ਦੀ ਤਰ੍ਹਾਂ? ਗੁਰੂ ਸਾਹਿਬ ਨੇ ਕਿੰਨਾ ਸੁਣਾ ਜੀ, ਤੁਸੀਂ ਕਦੇ ਪੁੱਛਿਆ ਕਿ ਸਿੱਖ ਨੂੰ ਦੇਖਿਆ ਤੁਸੀਂ, ਜਿਹਨਾਂ ਨੇ ਅੰਮ੍ਰਿਤ ਨਹੀਂ ਛਕਿਆ? ਉਹ ਟਾਊਨ ਦੇ ਵਿੱਚ ਜਾ ਰਿਹਾ, ਬਾਜ਼ਾਰ ਦੇ ਵਿੱਚ ਜਾ ਰਿਹਾ ਆ, ਚੌਂਕ ਤੋਂ ਉਸੇ ਉਸੇ ਯਾਰ, ਇਹ ਕਿੱਦਾਂ ਦਾ ਬੰਦਾ ਦਾੜੀ ਰੱਖੀ ਆ ਇਹਦੇ ਸਿਰ 'ਤੇ? ਪਾਪੂ ਦੇਖਿਆ ਕਦੇ? ਮੈਂ ਨਹੀਂ ਕਿੱਦਾਂ ਦਾ ਬਣਨਾ, ਇੱਦਾਂ ਸੋਚਿਆ ਕਦੇ? ਸੋਚਦੇ ਹੋ ਸਕਦਾ, ਸੋਚਦੇ. ਅੰਮ੍ਰਿਤ ਛਕਣਾ ਚੰਗੀ ਗੱਲ ਆ, ਮਾੜੀ ਗੱਲ ਆ? ਨਹੀਂ. ਅਤੇ ਸਾਰੇ ਅੰਮ੍ਰਿਤ ਤਾਂ ਨਹੀਂ ਛੱਕ ਲੈਂਦੇ? ਚੰਗੀ ਗੱਲ ਆ ਸਾਰੇ ਕਦੇ ਛੱਕ? ਮੈਨੂੰ ਆਪਾਂ ਦਲਜੀਤ ਸਿੰਘ ਲੈ ਕੇ ਆਏ. ਮੈਨੂੰ ਕਹਿੰਦੇ ਆਪਾਂ ਜਾਣਾ ਸੀਗਾ ਕਿਸੇ ਘਰ ਜਾਣਾ ਸੀ ਨੜੀਆਂ. ਮੈਨੂੰ ਕਹਿੰਦੇ ਕਵਿੰਦਰ ਸਿੰਘ ਸੈੱਟ ਨੇ ਇੱਥੇ ਪਿਆ ਆ, ਉਹ ਕੱਢੋ ਅਤੇ ਉਹ ਪੋਸਟ ਕਿਹੜ ਆਇਆ ਅਤੇ ਭਰ ਦਿਓ. ਮੈਂ ਕਿਹਾ ਉੱਦਾਂ ਨਹੀਂ ਜਾਣਾ ਕਿਧਰ ਯਾਰ, ਉੱਦਾਂ ਨਹੀਂ ਜਾਣਾ, ਪਤਾ ਨਹੀਂ ਰਸਤੇ ਰੁਸਤੇ ਭਰ ਦਿਓ. ਮੈਂ ਭਰ ਦਿੱਤਾ ਉਹਦੇ 'ਚ, ਅਸੀਂ ਉੱਥੇ ਪਹੁੰਚ ਗਏ. ਪ੍ਰੋਟੈਕਸ਼ਨ ਦੇ ਗਿਆ ਨਾ, ਇੱਥੇ ਮੁੜੋ, ਖੱਬੇ ਮੁੜੋ, ਸੱਜੇ ਮੁੜੋ, ਠੀਕ ਹੈ ਨਾ? ਇੱਦਾਂ ਹੋਣਾ ਆ, ਉੱਥੇ ਘਰ ਪਹੁੰਚ ਗਿਆ, ਠੀਕ ਹੈ ਨਾ? ਅਤੇ ਜਿਹਦੇ ਕੋਲ ਸੈੱਟ ਨੈਪ ਨਹੀਂ ਹੈਗਾ, ਅਤੇ ਤੁੱਕੇ ਜਾ ਨਾ, ਅੱਜ ਵੀ ਅੰਦਾਜ਼ੇ ਜਾ ਨਾ, ਕਦੇ ਉਹਨੂੰ ਪੁੱਛ, ਕਦੇ ਉਹਨੂੰ ਪੁੱਛ,
वो अपनी डेस्टिनेशन अपने उत्थे पहुँच सकता कि नहीं, टाइम पर नहीं पहुँचना उन्हें, उन्हें लेट हो जाना, उसके कोल पहुँचा नहीं जाना उत्थे, तो साढ़े को सैट नैव है तो सानू कि रास्ता औखा लगेगा पुत, जिसे को सैट नैव नहीं है उन्होंने औखा लगेगा, आओ वक्री गल सू नहीं ऑपरेट नहीं करना होता, दैट्स द डिफरेंट थिंग, नहीं ऑपरेट करना होता वक्री गल केड़ा सैट नैव साडे को दसो, गुरु ग्रंथ साहब जी को साडा सैट नैव ही है सक्सेसफुल लाइफ, इफ यू हैव एनी प्रॉब्लम इन योर लाइफ गो गुरुद्वारा, यू आर दास हियर, गुरु जी आई हैव दिस प्रॉब्लम इन इंग्लिश इन पंजाबी एनी लैंग्वेज, उत्थे ग्रंथी होगा जो जाप लै सकते हैं, नहीं तो ग्रंथी होगा ना उत्थे बैठा, उन्होंने क्यों बाबा जी आ हुक्मनामा सुना दिए, जो बाबा जी नहीं अर्थ करने नहीं पता लगता भी की क्या बाबा जी ने, घर चले जाओ इंटरनेट पर हर एक चीज़ है, हूँ तो उत्थे पूछ लो पेज किन्ना है, उत्थे जाके तुसी देखोगे उसकी ट्रांसलेशन देखोगे, गुरु विल गाइड यू, ये जरूरी है दस के थोड़ा जहाँ। Basically, what Gandhi Sahaja was saying is that that person who you know begins to work on the Sikhi path, hopefully one day to come and then follow that, stays firm in their principles and everything, they'll not only get success in Sikhi, they'll get success and respect in the world as well. All their like worldly affairs, education, all their problems with families, they'll all get resolved because as long as that person's firm though, it's like half there, then it's not going to work out so well. And that's the thing, again, when Gandhi was saying earlier about the character of Sikhs, like they wouldn't even think about doing things that were opposite and not allowed in Sikhi, and it wasn't so long ago, maybe even just 100 years ago, that character was Sikh so respected, like judges in the law courts. If a Sikh was giving testimony, they would never be made to swear an oath or promise to tell the truth or anything like that. As soon as a judge would hear the testimony of the Sikh, they would say, "That's it. The Sikh has said it. Must be true." That's the character of the Sikhs, like the utmost following of the truth, you know, no compromise on Gurmukh and no compromise on any other Sikhi principles. And that person is respected because they'll know you can get recognized by, you know, from a long way off. That's why we have the Varna. And if we don't live up to, you know, what we look like on the outside and the inside, then we're not going to succeed. And how does Absalom say in the past you have like family problems? And like, obviously, you get angry. ताकत है शक्ति है अपने गुरु अगर अरदास करने इफ यू हैव एनी प्रॉब्लम जी की जो बिरथा होए सो गुरु पै अरदास कर गुरु अगर अरदास करोगे गुरु फिर जरूर थोड़ी हेल्प करेंगे ठीक है एक कुछ प्रैक्टिकल प्रॉब्लम ने इस समाज में खास करके इस देश में इंडिया में घट ने इतने बच्चे चाहते नहीं सिखी चाहना तो माता पिता आम नहीं देंगे क्योंकि उन्होंने लाइफ डिफरेंट टाइप ऑफ लाइफ है बच्चे कुछ देख के पढ़ के तो चाहते हैं तुम प्रेम न अपने माता पिता प्रेम करना बहुत ज़्यादा प्रेम करना थोड़ा नहीं जिन्होंने थोड़ी प्रॉब्लम है वो ज़्यादा प्रेम करे माता पिता प्रेम करोगे उधर गुरु ने भी उन्हें ही प्रेम करना इन्हें भी गुरु ने छड़ देना तो माता पिता को करना देना तो हो पर गुरबाणी पढ़नी होर ज़्यादा पढ़नी तो गुरु अगर अरदास करनी मैं तो यही कह सकता तुम अरदास करोगे तो गुरु नानक साहब सुनते हैं जरूर सुनते हैं यही कहना भी वो सुनते नहीं सुनते उन्होंने खातर नाजर समझ के बाकी गुरु नानक साहब अगर अरदास करनी है सच्ची पाशाह दिस माई प्रॉब्लम सोल्व माई प्रॉब्लम आई एम योर चाइल्ड रामैया अंबार तेरा काहे न खंडस अगुल मेरा ये वाहगुरु कभी वाहगुरु अपने पिता करके याद किया एनी बड़ी किसी ने कभी वाहगुरु ने क्या भी तू मेरा पिता है किया किसी ने तो कितना ठीक तो गुरु साढ़ा जिते साढ़े कन्यावी पिता ने माता आया जिन्होंने असं जिन्हों के नाल जुड़े से उन्होंने ही माता पिता समझा है तो असं वाहगुरु को कभी पिता करके माता करके याद नहीं करते तो जो तुम उन्होंने रिमेंबर वाहगुरु तू मेरा पिता तू है मेरा माता तू मेरा बंधप तू मेरा भ्राता तू मेरा राखा सभी थाई हरी टे जिते कितने भी मैं जाना तू मेरे नाल है तू मेरा राखा है तो जो वाहगुरु राखा है जो उन्होंने याद करोगे पिता करके माता करके तो जिते भी तुम उन्होंने याद करोगे उत्थे ही वो थोड़े नाल हाजिर हो जाएगा
ਠੀਕ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿੰਨੀ ਡੀਪਲੀ ਤੁਸੀਂ ਅਰਦਾਸ ਕਰਦੇ ਹੋ ਇੱਥੇ ਤੱਕ ਹੀ ਕਰ ਦਿੰਦੇ ਹੋ ਕਿ ਤੁਸੀਂ ਆਪਣੇ ਬਾਈ ਹਾਰਟ ਕਰ ਰਹੇ ਹੋ ਸੋ ਅਰਦਾਸ ਉਹੀ ਪ੍ਰਮਾਣ ਹੁੰਦੀ ਜਿਹੜੀ ਬਾਈ ਹਾਰਟ ਕੀਤੀ ਜਾਵੇ ਜਿਹੜੀ ਫਰੋਮ ਦਾ ਸੋਲ ਕੀਤੀ ਜਾਵੇ ਨੋਟ ਫਰੋਮ ਦਾ ਮਾਊਥ ਨੋਟ ਫਰੋਮ ਦਾ ਟੰਗ ਅਰਦਾਸ ਜਿਹੜੀ ਹੈ ਇੱਥੋਂ ਬਾਈ ਹਾਰਟ ਕੀਤੀ ਜਾਵੇ ਤਾਂ ਪ੍ਰਮਾਣ ਹੋ ਜਾਂਦੀ ਤੁਸੀਂ ਬਾਈ ਹਾਰਟ ਆਪਣੇ ਵਾਹਿਗੁਰੂ ਅੱਗੇ ਅਰਦਾਸ ਕਰਨੀ ਇਫ ਯੂ ਹੈਵ ਐਨੀ ਪ੍ਰੋਬਲਮ ਤਾਂ ਮਹਾਰਾਜ ਜ਼ਰੂਰ ਹੱਲ ਕਰਨਗੇ ਭਾਈ ਸਾਹਿਬ ਦੱਸਦੇ ਨੇ ਇੱਥੇ ਰਹਿੰਦੇ ਨੇ ਇਹਨਾਂ ਨੂੰ ਇੱਥੇ ਦੀਆਂ ਪ੍ਰੋਬਲਮ ਦਾ ਜ਼ਿਆਦਾ ਪਤਾ ਸਾਨੂੰ ਵਾਹਿਗੁਰੂ ਦਰਅਸਲ ਜਿਹੜੇ ਗੁਰੂ ਆਪਾਂ ਨੂੰ ਇਹ ਚੀਜ਼ ਬਣਾਈ ਆ ਸਾਡੇ ਜਿਹੜੇ ਮਨ ਆ ਨਾ ਉਹ ਖਿੰਡ ਰਹੇ ਆ ਮਨ ਜਿਹੜਾ ਨੱਠਾ ਫਿਰਦਾ ਜਿਹੜਾ ਆਪਣੇ ਮਨ ਆ ਨਾ ਕਦੇ ਕੁਛ ਉਹ ਭਾਂਦਾ ਚੱਲਦਾ ਉਹ ਭਾਂਦਾ ਚੱਲਦਾ ਇਸ ਕਰਕੇ ਗੁਰੂ ਨਾਮ ਦਿੰਦਾ ਆਪਾਂ ਨੂੰ ਜਦੋਂ ਆਪਾਂ ਨਾਮ ਨਾਲ ਜੁੜ ਜਾਂਦੇ ਹਾਂ ਨਾਮ ਨਾਲ ਮਨ ਨੂੰ ਇਕੱਠਾ ਕਰਨਾ ਹੈ ਜਿੱਦਾਂ ਦਸ ਅਨੁਸਾਰ ਦਿੰਦਾ ਆਟਾ ਹੈ ਨਾ ਉਹ ਰੋਟੀ ਉੱਦਾਂ ਜੇ ਉਹ ਉੱਦਾਂ ਨਹੀਂ ਬਣ ਸਕਦੀ ਉਹਨੂੰ ਬੁੰਨਣਾ ਪੈਂਦਾ ਪਾਣੀ ਪਾ ਕੇ ਅਤੇ ਉਹ ਇਕੱਠਾ ਹੋ ਜਾਂਦਾ ਫਿਰ ਉਹਨੂੰ ਮੁੱਕੀ ਜਾ ਕੇ ਉਹਨੂੰ ਹੋਰ ਇਕੱਠਾ ਲੈਂਪ ਹੋ ਜਾਂਦਾ ਇੱਦਾਂ ਹੀ ਗੁਰੂ ਨੇ ਆਪਣਾ ਨਾਮ ਦੇ ਕੇ ਗੁਰੂ ਆਪਣਾ ਆਪਣਾ ਨਾਮ ਦੇ ਕੇ ਆਹ ਸਾਡੇ ਜਿਹੜਾ ਮਨ ਹੈ ਨਾ ਉਹਨੂੰ ਕੰਟਰੋਲ ਕਰਦਾ ਹੈ ਜੋ ਨਾਮ ਦੇ ਨਾਲ ਮਨ ਕੰਟਰੋਲ ਹੋ ਜਾਂਦਾ ਅਤੇ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂ ਅਸੀਂ ਬਾਣਾ ਪਾ ਲੈਂਦੇ ਹਾਂ ਪਰ ਅਸੀਂ ਨਾਮ ਨਹੀਂ ਜਪਦੇ ਅੰਦਰੋਂ ਨਹੀਂ ਚੇਂਜ ਹੁੰਦੇ ਕੁਛ ਵੀ ਅੰਦਰੋਂ ਚੇਂਜ ਹੋਊਗੀ ਫਿਰ ਤਾਂ ਹੀ ਸਭ ਕੁਛ ਹੋਣਾ ਹੁਣ ਅਸੀਂ ਪਿੱਛੇ ਹੋਲੈਂਡ ਗਏ ਸੀ ਭਾਈ ਸਾਹਿਬ ਵੀ ਨਾਲ ਸੀਗੇ ਸਾਡੇ ਨਾਲ ਤਾਂ ਉੱਥੇ ਜੋ ਕੈਫੀ 'ਤੇ ਖੜ੍ਹੇ ਹੋਏ ਪੈਟਰੋਲ ਪਾਇਆ ਅਤੇ ਸਿੰਘ ਡੋਲਟ ਵੀ ਜਾ ਕੇ ਆਇਆ ਕਿ ਸਫ਼ਰ ਬਹੁਤ ਕੀਤਾ ਸੀ ਤਾਂ ਦੋ ਜਣੇ ਉਹ ਬੈਲਜੀਅਮ ਦੇ ਵਿੱਚ ਗਿਆ ਜੀ ਇੱਕ ਬੰਦਾ ਆਇਆ ਕਹਿੰਦਾ ਵੀ ਮੈਂ ਫੋਟੋ ਖਿੱਚਣੀ ਚਾਹੁੰਦੀ ਤੁਹਾਡੀ ਅਸੀਂ ਕਿਹਾ ਵੀ ਠੀਕ ਆ ਉਹ ਫਿਰ ਆਪਣੇ ਘਰ ਵਾਲੇ ਨੂੰ ਖਿੱਚੇ ਕਹਿੰਦਾ ਵੀ ਫੋਟੋ ਖਿਚਾਉਣੀ ਆ ਉਹ ਆਵੇ ਨਾ ਡਰੇ ਫਿਰ ਨੱਠ ਕੇ ਗਿਆ ਉਹਨੂੰ ਫਿਰ ਲੈ ਜਾ ਨੱਠ ਕੇ ਫਿਰ ਨੱਠ ਕੇ ਆ ਕੇ ਸਾਰੇ ਕੋਲ ਖੜ੍ਹੇ ਹੋ ਗਏ ਤਾਂ ਸਾਡੇ ਸਿੰਘ ਨੂੰ ਕਹਿੰਦਾ ਤੂੰ ਸਾਡੀ ਫੋਟੋ ਨਾਲ ਨਾ ਖਿੱਚਣੀ ਆ ਉਹ ਸਿੰਘ ਸਾਡੇ ਨਾਲ ਹੋਈ ਜਾਵੇ ਕਹਿੰਦਾ ਮੇਰੀ ਫੋਟੋ ਵਿੱਚ ਚੱਲ ਖਿੱਚਣੀ ਹੋਊਗੀ ਨਹੀਂ ਉਹ ਕਹਿੰਦਾ ਅਸੀਂ ਇਹਨਾਂ ਨਾਲ ਖਿਚਾਉਣੀ ਨਾ ਖੜ੍ਹੇ ਹੋ ਤੂੰ ਸਾਡੀ ਫੋਟੋ ਖਿੱਚ ਜਾਣੀ ਜੋ ਇਹ ਅਭਿਆਸ ਕਰਦੇ ਹਾਂ ਨਾ ਨਾਮ ਜਪਦੇ ਹਾਂ ਗੁਰੂ ਦੇ ਬਾਣਾ ਪਾਇਆ ਇੰਨਾ ਰੂਹ ਪੈ ਜਾਂਦਾ ਹਰੇਕ 'ਤੇ ਗੁਰੂ ਇੱਦਾਂ ਸਾਡੇ ਕਾਰਜ ਪੂਰੇ ਸਹੀ ਕਰਦਾ ਫਿਰ ਹਰੇਕ ਦੇ ਨਹੀਂ ਤਾਂ ਅਸੀਂ ਸੋਚਦੇ ਹਾਂ ਗੁਰੂ ਅਸੀਂ ਹੋਰ ਹਾਂ ਗੁਰੂ ਹੋਰ ਆ ਗੁਰੂ ਸਾਰੇ ਚੀਜ਼ ਆ ਸਮੇਂ ਜੋ ਜੋਤਾ ਸੋਏ ਤਿਸ ਦੇ ਚੰਨ ਸਮੇਂ ਚਾਨਣ ਹੋਏ ਸਾਰੇ 'ਚ ਗੁਰੂ ਵਰਤਾ ਹੈ ਸਾਰੇ 'ਚ ਗੁਰੂ ਆ ਆਪਾਂ ਪਛਾਣਨਾ ਆ ਆਪਾਂ ਆਹ ਨਹੀਂ ਗੇ ਅੱਛਾ ਬੋਡੀ ਆਪਣੀ ਨਹੀਂ ਆ ਇਹ ਬੋਡੀ ਸਾਨੂੰ ਮਿਲੀ ਸੀ ਸੰਸਾਰ 'ਚ ਆਉਣ ਨੂੰ ਇਹ ਸਾਨੂੰ ਗੁਰੂ ਨੇ ਇਹ ਖੇਡ ਬਣਾਈ ਹੋਆ ਖੇਡ ਬਣਾ ਕੇ ਆਪਾਂ ਨੂੰ ਭੇਜਿਆ ਹੈ ਇਹਦੇ ਪੰਜ ਪਾਇਓ ਕਾਮ ਕਰੋ ਲੋਭ ਹੰਕਾਰ ਗੁਰੂ ਦਾ ਨਾਮ ਜਪ ਕੇ ਆਪਾਂ ਉਹਨੂੰ ਜਿੱਤਣਾ ਪਹਿਲਾਂ ਜੋ ਉਹਨੂੰ ਜਿੱਤਦਾ ਹੈ ਤਾਂ ਸਾਡੇ ਚੇਂਜ ਆਉਣੀ ਹੈ ਤਾਂ ਫਿਰ ਆਪਾਂ ਜੋ ਵੀ ਬੋਲਣਗੇ ਪੂਰਾ ਹੋ ਜਾਣਾ ਇਸ ਕਰਕੇ ਗੁਰਮੁਖ ਜਿਹੜਾ ਹੋਇਆ ਬੋਲਦਾ ਨਹੀਂ ਬਹੁਤਾ ਥੋੜ੍ਹਾ ਬੋਲਦਾ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਇੰਨਾ ਹਰੇਕ 'ਤੇ ਪ੍ਰਭਾਵ ਪੈ ਜਾਂਦਾ ਮਤਲਬ ਕੁਦਰਤੀ ਉਹ ਚੇਂਜ ਹੀ ਆਉਂਦੇ ਕਰਦੇ ਹਰੇਕ ਹੀ ਚਾਹੁੰਦੇ ਮੈਂ ਇਹਦੀ ਹੈਲਪ ਕਰਾਂ ਕਿਉਂ ਗੁਰਸਿੱਖ ਨੇ ਮਾੜਾ ਕੰਮ ਕਰਨਾ ਨਹੀਂ ਇਸ ਕਰਕੇ ਗੁਰਸਿੱਖੀ ਗੁਰਸਿੱਖ ਬਣਾਇਆ ਗੁਰੂ ਨੇ ਆਪਾਂ ਨੂੰ ਬਾਣੀ ਦਿੱਤੀ ਆਪਣੇ ਕੋਈ ਵੀ ਹੋਰ ਧਰਮ ਨੇ ਇੱਦਾਂ ਚੀਜ਼ਾਂ ਜਿਹੜੇ ਦੱਸਦਾ ਇੱਦਾਂ ਬਣਾਉਂਦਾ ਚੇਂਜ ਕਰਦਾ ਅੰਦਰੋਂ ਸਾਨੂੰ ਪਹਿਲਾਂ ਮਨ ਇਹੀ ਆ ਆਪਾਂ ਸੰਸਾਰ 'ਚ ਮੋਹ ਚੱਕਣਾ ਗੁਰੂ ਨੂੰ ਲਾਉਣਾ ਮਨ ਆਪਣੇ ਆਪ ਨੂੰ ਚੇਂਜ ਕਰਨਾ ਹੈ ਹਾਂਜੀ ਧੰਨਵਾਦ ਭਾਈ ਸਾਹਿਬ ਹੁਣਾਂ ਦਾ